ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਵੱਲੋਂ ਤਹਿ ਦਿਲ ਤੋਂ ਸਵਾਗਤ ਕੀਤਾ ਜਾਂਦਾ। ਦਰਸ਼ਕੋ, ਅੱਜ ਦੇ ਇਸ ਵਿਸ਼ੇਸ਼ ਲਾਈਵ ਦੇ ਵਿੱਚ, ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਹੈ ਕਿ ਗੱਲ ਚੱਲਦੀ ਹੋਵੇ ਪੰਜਾਬ ਦੀ, ਪੰਜਾਬੀਅਤ ਦੀ, ਜਾਂ ਕਿਸੇ ਵੀ ਪੰਜਾਬ ਦੇ ਅੰਦਰ ਮੁੱਦੇ ਦੀ, ਤਾਂ ਸਾਡੀ ਇੱਕ ਕੋਸ਼ਿਸ਼ ਹੁੰਦੀ, ਇੱਕ ਯਤਨ ਹੁੰਦਾ ਵੀ ਹਰ ਮੁੱਦੇ ਦੀ ਜਿਹੜੀ ਹੈ ਉਹਦੀ ਬਰੀਕੀ ਵਿੱਚ ਜਾਣਾ, ਅਤੇ ਉਸ ਤਹਿ ਵਿੱਚ ਜਾ ਕੇ ਉਹ ਗੱਲ ਤੁਹਾਡੇ ਤੱਕ ਪਹੁੰਚਦੀ ਕਰਨੀ। ਤੁਸੀਂ ਭਾਵੇਂ 7 ਸਮੁੰਦਰ ਪਾਰ ਬੈਠੇ ਹੋਏ ਹੋ, ਸਾਡਾ ਦਿਲ ਕਰਦਾ ਕਿ ਹਰ ਮੁੱਦੇ ਦੇ ਉੱਪਰ ਤੁਹਾਡਾ ਧਿਆਨ ਲੈ ਕੇ ਜਾਣ ਦੀ। ਹੁਣ ਪੰਜਾਬ ਦੇ ਅੰਦਰ ਇੱਕ ਮੁੱਦਾ ਚਰਮ ਸੀਮਾ ਦੇ ਉੱਪਰ ਪਹੁੰਚਿਆ ਹੋਇਆ ਹੈ, ਉਹ ਮੁੱਦਾ ਹੈ ਕਿ ਪੰਜਾਬੀ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਗੁੱਠੇ ਲਾਇਆ ਜਾ ਰਿਹਾ ਹੈ। ਸਿੱਧੇ ਸ਼ਬਦਾਂ ਵਿੱਚ ਕਹਾਂ ਤਾਂ ਪੰਜਾਬੀ ਨੂੰ ਖੂੰਜੇ ਲਾਇਆ ਜਾ ਰਿਹਾ ਹੈ। ਦਰਸ਼ਕੋ, ਥੋੜ੍ਹਾ ਜਿਹਾ ਗਿਆਤ ਵਿੱਚ ਵਾਧਾ ਕਰਦੇ ਹਾਂ, ਜਦੋਂ ਗੱਲ ਚੱਲਦੀ ਹੈ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ, ਇਹ ਕਿਵੇਂ ਹੋ ਸਕਦਾ ਹੈ ਕਿ ਸੜਕਾਂ 'ਤੇ ਲੱਗੇ ਕੋਣ ਬੋਰਡ ਅਤੇ ਸਟੇਟ ਲੈਂਗੁਏਜ ਜਿਹੜੀ ਹੈ, ਜਿਹੜੀ ਸਾਡੀ ਮਦਰ ਟੰਗ ਹੈ, ਜਿਹੜੀ ਸਾਡੀ ਮਾਂ ਬੋਲੀ ਹੈ, ਉਹਨੂੰ ਤੀਜੇ ਨੰਬਰ ਦੇ ਉੱਪਰ ਰੱਖਿਆ ਹੋਵੇ ਅਤੇ ਫਿਰ ਕਿਹਾ ਜਾਵੇ ਕਿ ਪੰਜਾਬ ਦਾ ਗੱਭਰੂ ਬੋਲੇ ਨਾ, ਪੰਜਾਬ ਦਾ ਨੌਜਵਾਨ ਇਹ ਘਰ ਦੇ ਵਿੱਚ ਸੌਂ ਜਾਵੇ, ਐਸਾ ਕਿਵੇਂ ਹੋ ਸਕਦਾ ਹੈ? ਨੈਸ਼ਨਲ ਹਾਈਵੇ NH 54, ਦਰਸ਼ਕੋ ਬੜਾ ਗੌਰ ਕਰਿਆ ਜੀ ਔਰ ਨੋਟ ਕਰ ਲਓ, ਨੈਸ਼ਨਲ ਹਾਈਵੇ NH 54, ਜਿਸ ਨੂੰ ਆਪਾਂ ਕਹਿ ਸਕਦੇ ਕਿ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਜਿਹੜਾ ਨਵਾਂ ਬਣਦਾ ਪਿਆ, ਇਹਦੇ ਉੱਪਰ ਕਰੀਬ ਜਿਤਨੇ ਵੀ ਬੋਰਡ ਲੱਗੇ ਨੇ, ਮੈਂ ਬੜਾ ਹੈਰਾਨ ਹੋ ਜਾਂਦਾ ਵਾਂ ਕਿ ਜਿਹੜੀ ਸਾਡੀ ਸਟੇਟ ਲੈਂਗੁਏਜ ਸੀ, ਜਿਸ ਨੂੰ ਸਭ ਤੋਂ ਉਤਲਾ ਦਰਜਾ ਦੇਣਾ ਚਾਹੀਦਾ ਸੀ, ਉਹਨੂੰ ਤੀਜੇ ਨੰਬਰ ਦੇ ਉੱਪਰ ਰੱਖਿਆ ਗਿਆ। ਬੜਾ ਦੁੱਖ ਲੱਗਦਾ। ਮੈਂ ਇਹ ਨਹੀਂ ਕਹਿੰਦਾ ਕਿ ਬਾਕੀ ਜਿਹੜੀਆਂ ਭਾਸ਼ਾਵਾਂ ਨੇ ਉਹ ਮਿਟਾ ਦਿੱਤੀਆਂ ਜਾਣ, ਪਰ ਮੈਂ ਇੰਨਾ ਜ਼ਰੂਰ ਕਹਾਂਗਾ ਕਿ ਪੰਜਾਬੀ ਮਾਂ ਬੋਲੀ ਨੂੰ ਬਣਦਾ ਸਤਿਕਾਰ ਤਾਂ ਘੱਟੋ ਘੱਟ ਦਿੱਤਾ ਜਾਵੇ। ਜਦੋਂ ਕੁਝ ਗੱਭਰੂਆਂ ਨੇ ਇਹਦੇ ਵਿਰੁੱਧ ਆਵਾਜ਼ ਉਠਾਈ, ਸਭ ਤੋਂ ਪਹਿਲਾਂ ਉਹਨਾਂ ਨੇ ਆਪੋ ਆਪਣੇ ਇਲਾਕੇ ਦੇ DC ਨੂੰ ਮੰਗ ਪੱਤਰ ਦਿੱਤੇ, ਮੰਗ ਪੱਤਰ ਦੇਣ ਤੋਂ ਬਾਅਦ ਸੁਣਵਾਈ ਨਾ ਹੋਈ ਅਤੇ ਜਵਾਬ ਆਇਆ ਵੀ ਇਹ ਤਾਂ ਇੰਝ ਹੀ ਲੱਗੇ ਰਹਿਣਗੇ। ਫਿਰ ਗੱਭਰੂਆਂ ਨੇ ਇੱਕ ਉਦਮ ਤੇ ਉਪਰਾਲਾ ਕੀਤਾ, ਉਹਨਾਂ ਨੇ ਜਿਹੜੇ ਬੋਰਡ ਸੀ ਇਹਨਾਂ ਦੇ ਉੱਪਰ ਕਾਲਾ ਤੇਲ ਕਾਲੇ ਰੰਗ ਦੇ ਨਾਲ ਮਿਟਾ ਦਿੱਤੇ ਅਤੇ ਇਕੱਲੀ ਪੰਜਾਬੀ ਰਹਿਣ ਦਿੱਤੀ। ਕਰੀਬ ਹੁਣ ਤੱਕ 100 ਸਾਡੇ ਪੰਜਾਬ ਦੇ ਨੌਜਵਾਨ ਬੱਚਿਆਂ ਦੇ ਉੱਪਰ ਪਰਚੇ ਦਰਜ ਹੋ ਗਏ ਨੇ, ਮੈਂ ਬੜਾ ਹੈਰਾਨ ਹੁੰਦਾ ਵਾਂ। ਉਹਦੇ ਵਿੱਚ ਲੱਖਾ ਸਿਧਾਣਾ ਵੀ ਆਉਂਦਾ, ਬਾਬਾ ਮਹਿਰਾਜ ਵੀ ਆਉਂਦਾ, ਜਿਹੜੇ ਸਾਰੇ ਮੇਨ ਆਗੂ ਸਨ। ਬੜਾ ਦੁੱਖ ਹੋਇਆ, ਸਾਰੀਆਂ ਚੀਜ਼ਾਂ ਦੀ ਗੌਰ ਕੀਤੀ, ਦੇਖਿਆ ਵੀ ਕਿਉਂ ਸਾਡੇ ਨਾਲ ਧੱਕਾ ਹੋ ਰਿਹਾ। ਫਿਰ ਮਹਿਸੂਸ ਹੋਇਆ ਕਿ ਪਹਿਲੇ ਸਮੇਂ ਦੇ ਵਿੱਚ ਕਦੀ ਇੰਝ ਹੁੰਦਾ ਰਿਹਾ ਕਿ ਜੇ ਸਕੂਲ ਦੇ ਵਿੱਚ ਕੋਈ ਪੰਜਾਬੀ ਬੋਲੇ ਤਾਂ ਕਹਿ ਦਿੱਤਾ ਜਾਂਦਾ ਸੀ ਕਿ ਤੂੰ ਪੰਜਾਬੀ ਨਹੀਂ ਬੋਲ ਸਕਦਾ, ਤੈਨੂੰ ਫਾਈਨ ਲੱਗੇਗਾ। ਸੋਚਦੇ ਸਾਂ ਐਸਾ ਹੋ ਸਕਦਾ, ਅਤੇ ਹੁਣ ਬੋਰਡ ਵੱਲ ਦੇਖ ਕੇ ਬਿਲਕੁਲ ਜੱਗ ਜ਼ਾਹਰ ਹੋ ਗਿਆ ਕਿ ਪੰਜਾਬੀ ਨੂੰ ਗੁੱਠੇ ਲਾਉਣਾ ਇੱਕ ਸਾਜਿਸ਼ ਬਣ ਚੁੱਕੀ ਹੈ। ਅੱਜ ਮੇਰੇ ਨਾਲ ਦਰਸ਼ਕੋ ਸਟੂਡੀਓ ਦੇ ਵਿੱਚ ਨੇ ਪ੍ਰੋਫੈਸਰ ਰਾਓ, ਜੋ ਪੰਜਾਬੀ ਮਾਂ ਬੋਲੀ 'ਤੇ ਬੜਾ ਵੱਡਾ ਕੰਮ ਕਰਦੇ ਪਏ ਨੇ, ਜੋ ਆਪਣੇ ਸਾਈਕਲ ਦੇ ਅਗਲੇ ਪਾਸੇ ਬੋਰਡ ਟੰਗ ਕੇ ਉਸ ਜਗ੍ਹਾ ਦੇ ਉੱਪਰ ਜਾਂਦੇ ਨੇ ਜਿੱਥੇ ਘੱਟੋ ਘੱਟ ਸਾਡੇ ਪੰਜਾਬ ਦੇ ਬਛਿੰਦੇ ਰਹਿੰਦੇ ਹੋਣ, ਜਾਂ ਕਿਤੇ ਪਾਰਕ ਦੇ ਵਿੱਚ ਬੈਠੇ ਹੋਣ, ਜਾਂ ਸਕੂਲ ਕਾਲਜ ਦੇ ਬਾਹਰ ਲੋਕਾਂ ਦਾ ਧਿਆਨ ਖਿੱਚਣ ਵਾਸਤੇ ਲੋਕ ਗੱਲਾਂ ਕਰਦੇ ਨੇ ਅਤੇ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਨੇ, ਭਾਵੇਂ ਇਹਨਾਂ ਦੀ ਆਪਣੀ ਮਾਂ ਬੋਲੀ ਕੰਨੜ ਹੈ। ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸਦਿਆਂ, ਭਾਵੇਂ ਇਹਨਾਂ ਦੀ ਆਪਣੀ ਪੰਜਾਬੀ ਮਾਂ ਬੋਲੀ ਕੰਨੜ ਹੈ, ਪਰ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕਰਦੇ ਨੇ। ਜੇ ਪੁੱਛਿਆ ਜਾਵੇ ਵੀ ਕਿਉਂ ਪੰਜਾਬੀ ਮਾਂ ਬੋਲੀ ਦਾ ਇੰਨਾ ਦਰਦ ਲੈ ਕੇ ਚੱਲੇ ਹੋ, ਤਾਂ ਕਹਿੰਦੇ ਮੈਂ ਪੰਜਾਬ ਦਾ ਪਾਣੀ ਪੀਂਦਾ ਵਾਂ, ਮੈਂ ਪੰਜਾਬ ਦੀ ਰੋਟੀ ਖਾਂਦਾ ਵਾਂ, ਇਸ ਕਰਕੇ ਮੈਂ ਪੰਜਾਬੀ ਦੀ ਗੱਲ ਵੀ ਕਰਾਂਗਾ। ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਨੇ, ਬੜੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਅੱਜ ਇਹ ਚੰਡੀਗੜ੍ਹ ਤੋਂ ਸਾਡਾ ਪਟਿਆਲਾ ਸਟੂਡੀਓ ਦੇ ਵਿੱਚ ਪਹੁੰਚੇ ਨੇ, ਅਤੇ ਅਸੀਂ ਇਹਨਾਂ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਕਰਦੇ ਹਾਂ ਵੀ ਤੁਸੀਂ ਬੜੀ ਦੂਰੋਂ ਚੱਲ ਕੇ ਆਏ ਹੋ। ਅਤੇ ਪ੍ਰੋਫੈਸਰ ਰਾਓ ਜੀ, ਜੋ ਅੱਜ ਦੇ ਸਮੇਂ ਦੇ ਅੰਦਰ ਇੱਕ ਮਾਹੌਲ ਪੰਜਾਬ ਦੇ ਵਿੱਚ ਪੱਕ ਗਿਆ, ਤੁਸੀਂ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਸੀ, ਬੜੇ ਲੰਮੇ ਸਮੇਂ ਤੋਂ ਗੱਲ ਕਰਦੇ ਆ ਰਹੇ ਹੋ, ਲੋਕ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਤੁਹਾਨੂੰ ਸਤਿਕਾਰ ਵੀ ਦਿੰਦੇ ਨੇ, ਪਰ ਅਜੋਕੇ ਸਮੇਂ ਦੇ ਵਿੱਚ ਦੇਖਦੇ ਪਏ ਹਾਂ ਨੈਸ਼ਨਲ ਹਾਈਵੇ ਦੇ ਉੱਪਰ ਜਿਹੜੇ ਬੋਰਡ ਲੱਗੇ ਹੋਏ ਨੇ, ਚਾਹੀਦਾ ਤਾਂ ਇਹ ਸੀ ਵੀ ਜਿਹੜੀ ਸਟੇਟ ਲੈਂਗੁਏਜ ਹੈ ਉਹਨੂੰ ਇੱਕ ਨੰਬਰ ਦੇ ਉੱਪਰ ਰੱਖਿਆ ਜਾਵੇ, ਜਿਹੜੀ ਨੈਸ਼ਨਲ ਲੈਂਗੁਏਜ ਹੈ ਉਹਨੂੰ ਦੂਜੇ ਨੰਬਰ ਦੇ ਉੱਪਰ, ਜਿਹੜੀ ਇੰਟਰਨੈਸ਼ਨਲ ਹੈ ਉਹ ਤੀਸਰੇ ਨੰਬਰ ਦੇ ਉੱਪਰ ਲਿਖੀ ਜਾਵੇ, ਪਰ ਹੋਰ ਸਾਰਾ ਕੁਝ ਉਲਟਾ ਗਿਆ ਹੈ। ਜੇ ਬੱਚੇ ਆਵਾਜ਼ ਉਠਾਉਂਦੇ ਨੇ ਉਹਨਾਂ 'ਤੇ ਪਰਚੇ ਦਰਜ ਕੀਤੇ ਜਾ ਰਹੇ ਨੇ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੀ ਜੀ, ਸਭ ਤੋਂ ਪਹਿਲਾਂ ਪਵਿੱਤਰ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਨੂੰ ਮੇਰਾ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਵਣਕਮ। ਇਹ ਬਹੁਤ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਥੱਲੇ ਲਿਖਣਾ ਜੁਰਮ ਜਾਂ ਪਾਪ ਜਾਂ ਗਲਤੀ ਕਾਮ ਅਧਿਕਾਰੀ ਲੋਕ ਨੇ ਕੀਤੇ ਨੇ, ਉਹਨਾਂ 'ਤੇ ਪਰਚੀ ਦਰਜ ਹੋਣ ਦੀ ਲੋੜ ਹੈ, ਨਾ ਕਿ ਜਿਹੜੇ ਰੰਗ ਫੇਰਿਆ ਹੈ ਜੀ। ਕਿਉਂਕਿ ਮੈਨੂੰ ਲੱਗਦਾ ਹੈ
ਇਹ ਗਲਤ ਹੈ। 2014 ਦਸੰਬਰ ਦੇ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਕੱਢਿਆ ਗਿਆ ਹੁਕਮ ਦੇ ਮੁਤਾਬਿਕ ਸਾਰੇ ਸਾਈਨ ਬੋਰਡ ਤੇ ਲੋਕਲ ਭਾਸ਼ਾ, ਖੇਤਰੀ ਭਾਸ਼ਾ, ਸੂਬੇ ਦੀ ਭਾਸ਼ਾ ਸਭ ਤੋਂ ਉੱਪਰ ਹੋਣ ਦੀ ਲੋੜ ਹੈ, ਉਸ ਤੋਂ ਬਾਅਦ ਹਿੰਦੀ, ਥੱਲੇ ਅੰਗਰੇਜ਼ੀ। ਇਹ ਉਹਨਾਂ ਦੀ ਖੁਦ ਹੁਕਮ ਹੈ ਜੀ। ਉਸ ਤੋਂ ਬਾਅਦ ਵੀ ਜਾਣਬੁੱਝ ਕੇ ਜਾਂ ਅਣਜਾਣ ਵਿੱਚ, ਮੈਨੂੰ ਪਤਾ ਨਹੀਂ, ਪੰਜਾਬ ਦੇ ਵਿੱਚ ਹਰ ਥਾਂ ਤੇ, ਤੁਸੀਂ ਤਾਂ ਸਿਰਫ ਬਠਿੰਡਾ ਅੰਮ੍ਰਿਤਸਰ ਸਾਹਿਬ ਦੇ ਰੋਡ ਦੀ ਕਿਹਾ, ਮੈਂ ਹੁਣ ਆਉਣ ਦੇ ਵਕਤ ਵੀ ਦੇਖਿਆ ਕਿ ਬਹੁਤ ਸਾਰੇ ਬੋਰਡ ਅੰਗਰੇਜ਼ੀ ਉੱਪਰ ਥੱਲੇ ਪੰਜਾਬੀ ਲਿਖਿਆ ਗਿਆ ਪਟਿਆਲੇ ਦੇ ਵਿੱਚ। ਮੈਂ ਫਿਰ ਵੀ ਪਟਿਆਲੇ ਲੋਕ ਚੁੱਪ ਬੈਠੇ ਨੇ, ਮੈਨੂੰ ਪਤਾ ਨਹੀਂ ਕਦੋਂ ਉੱਡ ਜਾਣਗੇ। ਕਹਿਣ ਦਾ ਭਾਵ ਹੈ ਕਿ ਉਹ ਹੁਕਮ ਦੇ ਬਾਵਜੂਦ ਵੀ ਜੇਕਰ ਤੁਸੀਂ ਪੰਜਾਬੀ ਥੱਲੇ ਲਿਖਦੇ ਹੋ, ਹਿੰਮਤ ਕਿਵੇਂ ਕਰ ਸਕਦੇ ਹੋ ਤੁਸੀਂ ਜੀ? ਤੇ ਰੰਗ ਫੇਰਨਾ ਛੱਡ ਕੇ ਹੋਰ ਕੀ ਕਰਨਗੇ ਪੰਜਾਬੀ ਲੋਕ? ਤੇ ਪਰਚਾ ਤਾਂ ਉਹ ਅਧਿਕਾਰੀ ਤੇ ਹੋਣੀ ਚਾਹੀਦੀ। ਇਸ ਲਈ ਮੈਂ ਮਾਨਯੋਗ ਪੰਜਾਬ ਹਰਿਆਣਾ ਹਰਿਆਣਾ ਹਾਈਕੋਰਟ ਤੇ ਇੱਕ PLV ਦਰਜ ਕਰਨ ਵਾਲਾ ਹਾਂ, ਜ਼ਰੂਰ ਜਲਦ। ਜੇਕਰ ਉਹ ਨਹੀਂ ਲਿਖਣਗੇ ਪੰਜਾਬੀ ਸਭ ਤੋਂ ਉੱਪਰ, ਮੈਨੂੰ ਲੱਗਦਾ ਨਵੰਬਰ 20 ਤੱਕ ਅਧਿਕਾਰੀ ਜ਼ਰੂਰ ਲਿਖਣਗੇ, ਵਾਅਦਾ ਵੀ ਹੋਇਆ ਹੈ, ਜੇ 3 ਮਹੀਨੇ ਦਾ ਵਕਤ ਅਸੀਂ ਦਿੱਤਾ ਹੈ ਉਹਨਾਂ ਨੂੰ। ਪਰ ਮੈਨੂੰ ਇੱਕ ਚੀਜ਼ ਦੱਸੋ, ਇਹ ਤਾਂ 3 ਮਹੀਨੇ ਦੀ ਲੋੜ ਕਿਉਂ ਪਈ? ਇਹਨਾਂ ਦੇ ਆਪਣੇ ਹੀ ਹੁਕਮ ਨੇ ਕਿ ਖੇਤਰੀ ਭਾਸ਼ਾ ਨੂੰ, ਜਿਹੜੀ ਤੁਹਾਡੀ ਮਦਰ ਟੰਗ ਹੈ ਜਾਂ ਪੰਜਾਬ ਦੀ ਜਿਹੜੀ ਤੁਹਾਡੀ ਰਾਜ ਭਾਸ਼ਾ ਹੈ, ਸਟੇਟ ਲੈਂਗੁਏਜ ਹੈ, ਉਹਨੂੰ 1 ਨੰਬਰ ਤੇ ਕੀਤਾ ਜਾਵੇ, ਫਿਰ ਗਲਤੀ ਇਹਨਾਂ ਦੀ ਹੈ। ਜੇ ਬੱਚਿਆਂ ਨੇ ਆਵਾਜ਼ ਉਠਾਈ ਹੈ ਤੇ ਇਹਨਾਂ ਨੂੰ ਅਵੇਅਰ ਕੀਤਾ, ਸੁਚੇਤ ਕੀਤਾ, ਉਹਨਾਂ ਨੂੰ ਸਗੋਂ ਸਨਮਾਨਿਤ ਕਰਨਾ ਚਾਹੀਦਾ। ਬਿਲਕੁਲ, ਜਿਹੜੀ ਕਿ ਉਹਨਾਂ ਦੇ ਉੱਪਰ ਪਰਚੇ ਦਰਜ ਕਰ ਦਿੱਤੇ ਗਏ ਨੇ। ਗਲਤ। ਇਸ ਲਈ ਪਰਚਾ ਤਾਂ ਉਹ ਕੈਰੀ ਤੇ ਹੋਏਗੀ, ਮੈਂ ਨਹੀਂ ਛੱਡਣਾ ਉਹਨਾਂ ਨੂੰ ਪਾਵੇ ਕੁਛ। ਮੈਂ ਕਾਨੂੰਨੀ ਤੌਰ ਤੇ ਸਾਨੂੰ ਕੰਮ ਕਰਨ ਦੀ ਲੋੜ ਹੈ, ਗੈਰ ਕਾਨੂੰਨੀ ਸਾਨੂੰ ਕੰਮ ਕਰਨ ਦੀ ਲੋੜ ਨਹੀਂ ਹੈ। ਮਨ ਭਾਵੁਕ ਹੋ ਕੇ ਉਹ ਨੌਜਵਾਨ ਲੋਕਾਂ ਨੇ ਰੰਗ ਫੇਰਿਆ, ਉਸ ਦੀ ਨਿੰਦਾ ਕਰਦਾ ਹਾਂ ਮੈਂ, ਕਿਉਂਕਿ ਕਾਨੂੰਨੀ ਤੌਰ ਤੇ ਜੇਕਰ ਅਸੀਂ ਕੰਮ ਕਰਾਂਗੇ ਤੇ ਗੈਰ ਕਾਨੂੰਨੀ ਕੰਮ ਕਰਨ ਵਾਲੇ ਅਧਿਕਾਰੀ ਆਪੇ ਫਸ ਜਾਣਾ ਹੈ, ਉਹਨਾਂ ਨੂੰ ਸਜ਼ਾ ਹੋਣਾ ਹੈ। ਇਸ ਲਈ ਮੈਂ ਪੰਜਾਬੀ ਲੋਕਾਂ ਨੂੰ ਬੇਨਤੀ ਕਰਾਂਗਾ ਹੱਥ ਜੋੜ ਕੇ, ਗੈਰ ਕਾਨੂੰਨੀ ਕੰਮ ਨਹੀਂ ਕਰਨਾ। ਤੁਸੀਂ ਇਹ ਗੱਲ ਕਹੀ ਸੀ ਕਿ ਸਾਡਾ ਵਾਅਦਾ ਹੋਇਆ, ਤੁਹਾਡਾ ਵਾਅਦਾ ਕਿੰਨਾ ਲੋਕਾਂ ਨਾਲ ਹੋਇਆ ਜੀ? ਜੋ ਬੋਰਡ ਵਿੱਚ ਸਭ ਤੋਂ ਉੱਪਰ ਲਿਖਾਉਣ ਦੀ, ਇਹ ਖੁਦ ਜਿਹੜੇ ਇੰਚਾਰਜ ਨੇ ਪੰਜਾਬ ਦੇ ਨੈਸ਼ਨਲ ਹਾਈਵੇ ਦੇ ਅਥਾਰਟੀ ਦੇ ਇੰਚਾਰਜ ਨੇ, AK ਸਿੰਗਲਾ ਸਾਹਿਬ ਹੈ, ਚੀਫ ਇੰਜੀਨੀਅਰ, ਉਹ ਕਿਹਾ ਹੈ, ਸਟੇਟਮੈਂਟ ਵੀ ਦਿੱਤੇ ਨੇ ਉਹ ਕਿ 20 ਨਵੰਬਰ ਤੱਕ ਜਿਹੜੀ ਗਲਤੀ ਹੈ ਠੀਕ ਕਰਨਗੇ। ਜੇ ਨਹੀਂ ਕਰਨਗੇ ਤਾਂ ਅਸੀਂ ਤਾਂ ਲੀਗਲ ਨੋਟਿਸ ਤਾਂ ਮੈਂ ਕੱਢਿਆ ਹੁਣ ਤੱਕ, 3 ਮਹੀਨੇ ਤੇ ਉਡੀਕਾਂਗਾ ਮੈਂ, ਉਸ ਤੋਂ ਬਾਅਦ ਸਿੱਧੀ ਤੌਰ ਤੇ ਅਸੀਂ ਕੋਰਟ ਦੇ ਵਿੱਚ ਪੇਸ਼ ਕਰਾਂਗੇ ਕਿ ਉਹਨਾਂ ਦੇ ਖੁਦ 2014 ਦੀ ਨੋਟਿਸ ਨੂੰ ਖੁਦ ਅਪਣਾਉਂਦੇ ਨੇ। ਬਲਕਿ ਉਹ ਕਰਨਾਟਕਾ, ਤਮਿਲਨਾਡੂ, ਆਂਧਰਾ ਪ੍ਰਦੇਸ਼ ਵਿੱਚ ਸੂਬੇ ਦੇ ਪਾਸੇ ਨੂੰ ਉੱਪਰ ਲਿਖਿਆ ਗਿਆ, ਹਿੰਦੀ ਦੂਜੇ ਥਾਂ ਤੇ, ਫਿਰ ਥੱਲੇ ਅੰਗਰੇਜ਼ੀ ਲਿਖਿਆ ਗਿਆ, ਫਿਰ ਪੰਜਾਬ ਵਿੱਚ ਕਿਉਂ ਪੰਜਾਬੀ ਥੱਲੇ ਲਿਖਿਆ ਗਿਆ? ਲੌਜੀਕਲੀ ਪੁੱਛਣ ਦੇ ਤਰਕ ਨਾਲ ਪੁੱਛਣ ਦੀ ਲੋੜ ਹੈ, ਉਹ ਆਪੇ ਅਧਿਕਾਰੀ ਫਸ ਜਾਣਾ। ਉਹ ਅਧਿਕਾਰੀਆਂ ਨੂੰ ਜਦੋਂ ਤੁਹਾਡੀ ਗੱਲਬਾਤ ਹੋਈ, ਉਹਨਾਂ ਨੇ ਕੀ ਦੱਸਿਆ ਵੀ ਜਾਣ ਬੁੱਝ ਕੇ ਹੋਇਆ ਜਾਂ ਗਲਤ ਹੋਈ ਹੈ, ਉਹ ਕੀ ਦੱਸਿਆ ਉਹਨਾਂ ਨੇ? ਉਹ ਕਹਿੰਦੇ ਨੇ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦਾ ਸਾਰੇ ਕੰਮ ਕਰਨ ਦਾ ਪੰਜਾਬ ਪਬਲਿਕ ਵਰਕ ਡਿਪਾਰਟਮੈਂਟ PWD ਦੀ ਹਿੱਸਾ ਆਉਂਦੀ ਹੈ, ਉਹ ਬਣਾ ਕੇ ਫਿਰ ਨੈਸ਼ਨਲ ਹਾਈਵੇ ਅਥਾਰਟੀ ਆਫ ਨੂੰ ਉਹ ਦੇ ਦਿੰਦੇ ਨੇ। ਪਰ ਇਹ ਜਿਹੜੀ ਬੋਰਡ ਬਣਾਇਆ ਗਿਆ ਉਹ ਠੇਕੇ ਉਹ ਦਿੱਲੀ ਵਾਲੇ ਉਹਨੂੰ ਦੇ ਦਿੱਤਾ ਗਿਆ, ਉਹਨਾਂ ਨੂੰ ਪਤਾ ਵੀ ਨਹੀਂ ਪੰਜਾਬੀ ਲਿਖਣਾ, ਉਹਨਾਂ ਨੂੰ ਕੁਛ ਵੀ ਨਹੀਂ, ਸਿੱਧਾ ਜਾ ਕੇ ਉਹ ਸਭ ਤੋਂ ਉੱਪਰ ਹਿੰਦੀ ਲਿਖ ਦਿੱਤਾ, ਉਸ ਤੋਂ ਬਾਅਦ ਅੰਗਰੇਜ਼ੀ, ਫਿਰ ਥੱਲੇ ਪੰਜਾਬੀ ਲਿਖਿਆ ਗਿਆ, ਉਹ ਵੀ ਗਲਤ ਸਪੈਲਿੰਗ ਨਾਲ, ਕਿਉਂਕਿ ਉਹ ਦਿੱਲੀ ਤੋਂ ਆਏ, ਪੇਂਟਰ ਵੀ ਦਿੱਲੀ ਤੋਂ ਆਏ ਹੈ, ਤੇ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਟੈਕਨੀਕਲ ਪ੍ਰੋਬਲਮ ਹੋਇਆ ਹੈ, ਉਹ ਅਧਿਕਾਰੀ ਲੋਕ ਨੇ। ਟੈਕਨੀਕਲ ਪ੍ਰੋਬਲਮ ਜਿਹੜੀ ਹੈ ਇਹ ਤਾਮਿਲਨਾਡੂ ਵਿੱਚ ਨਹੀਂ ਹੋਗੀ, ਕਰਨਾਟਕਾ ਦੇ ਵਿੱਚ ਨਹੀਂ ਹੋਗੀ, ਰਾਜਸਥਾਨ ਵਿੱਚ ਨਹੀਂ ਹੋਗੀ, ਗੁਜਰਾਤ ਵਿੱਚ ਨਹੀਂ ਹੋਗੀ, ਇਹ ਪੰਜਾਬ ਦੇ ਵਿੱਚ ਕਿਉਂ ਹੋਈ? ਕਾਰਨ ਇਸ ਲਈ, ਚੀਫ ਇੰਜੀਨੀਅਰ ਜੋ ਅਧਿਕਾਰੀ ਬੈਠੇ ਨੇ ਉਹ ਬੇਜਵਾਬਦਾਰੀ ਲੱਗਦਾ ਹੈ, ਇਸ ਲਈ ਉਹਨਾਂ ਨੂੰ ਫਸਾਉਣਾ ਹੈ, ਇਸ ਲਈ ਸਾਨੂੰ ਗੈਰ ਕਾਨੂੰਨੀ ਕੰਮ ਕਰਨ ਦੀ ਲੋੜ ਨਹੀਂ ਹੈ, ਉਹ ਆਪੇ ਫਸਣਾ ਹੈ। 2014 ਦੀ ਉਹ ਆਰਡਰ ਨਹੀਂ ਪਾਲਣ ਕੀਤਾ, ਉਸ ਤੋਂ ਬਾਵਜੂਦ ਵੀ ਉਹ ਪੰਜਾਬੀ ਸਪੈਲਿੰਗ ਚੈੱਕ ਨਹੀਂ ਕੀਤਾ, ਉਸ ਚੈੱਕ ਕਰਾਉਣ ਦੀ ਲੋੜ ਸੀ ਉਹਨਾਂ ਨੂੰ, ਕੋਈ ਆਫਿਸਰ ਨੂੰ ਦਿਓ, ਲੈਂਗੁਏਜ ਆਫਿਸਰ ਨੂੰ ਦਿੱਤਾ ਗਿਆ ਹੈ, ਉਹਨਾਂ ਨੂੰ ਚੈੱਕ ਕਰਾ ਦਿਓ ਸਪੈਲਿੰਗ, ਉਹ ਬਿਨਾਂ ਚੈੱਕ ਕਰਕੇ ਕਿਵੇਂ ਲਿਖਿਆ ਗਿਆ, ਉਹ ਸਾਰੇ ਆਪੇ ਫਸ ਜਾਣਾ। ਜੇਕਰ ਤੁਸੀਂ ਗੈਰ ਕਾਨੂੰਨੀ ਕੰਮ ਕਰੋਗੇ, ਰੰਗ ਫੇਰੋਗੇ, ਅਸੀਂ ਕਮਜ਼ੋਰ ਹੋ ਜਾਣਾ ਉਹਨਾਂ ਤੇ ਕਾਰਵਾਈ ਕਰਨ ਤੇ। ਇਸ ਲਈ ਮੈਂ ਪੰਜਾਬੀ ਲੋਕਾਂ ਨੂੰ ਬੇਨਤੀ ਕਰਾਂਗਾ, ਕੋਈ ਰੰਗ ਫੇਰਨ ਦੀ ਕੋਈ ਲੋੜ ਨਹੀਂ। ਇਸ ਵਕਤ ਪੰਜਾਬ ਦੇ ਲੋਕਾਂ ਨੂੰ ਕਰਨਾ ਕੀ ਚਾਹੀਦਾ ਹੈ? ਕਰਨ ਦੀ ਇਹ ਲੋੜ ਹੈ, ਪੰਜਾਬੀ ਭਾਸ਼ਾ ਪ੍ਰਤੀ ਪਿਆਰ ਸਤਿਕਾਰ ਜਗਾਉਣ ਲਈ ਅਧਿਕਾਰੀ ਮਨਾਂ ਵਿੱਚ
ਪਿਆਰ ਸਤਿਕਾਰ ਜਗਾਉਣ ਦੀ ਲੋੜ ਹੈ ਸਾਨੂੰ, ਲੋਕਾਂ ਦੇ ਮਨਾਂ ਵਿੱਚ ਨਫ਼ਰਤ ਨਹੀਂ ਪਿਆਰ ਸਤਿਕਾਰ ਜਗਾਉਣ ਦੀ ਲੋੜ ਹੈ। ਇਹ ਭਾਸ਼ਾ ਪੰਜਾਬੀ ਭਾਸ਼ਾ ਬਹੁਤ ਅਮੀਰ ਭਾਸ਼ਾ ਹੈ, ਸਤਿਕਾਰ ਭਰੀ ਭਾਸ਼ਾ ਹੈ, ਵਿਰਾਸਤ ਭਰੀ ਭਾਸ਼ਾ ਹੈ, ਮਿਠਾਸ ਭਰੀ ਭਾਸ਼ਾ ਹੈ, ਇਸਦੀ ਸਾਹਿਤ ਅਮੀਰ ਹੈ। ਇਹ ਉਹਨਾਂ ਨੂੰ ਦੱਸਣ ਦੀ ਲੋੜ ਹੈ, ਅਧਿਕਾਰੀ ਜਿਹੜੇ ਬੈਠੇ ਨੇ IAC ਆਫਿਸ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ, ਉਹਨਾਂ ਨੂੰ ਦੱਸਣ ਦੀ ਲੋੜ ਹੈ, ਇਹ ਹੈ। ਇਸ ਲਈ ਇੱਕ ਅਨੋਖਾ ਮੁਹਿੰਮ ਮੈਂ ਛੇੜਨ ਵਾਲਾ, ਉਹ ਅਧਿਕਾਰੀ ਜਦ 5 ਵਜੇ ਬਾਹਰ ਨਿਕਲਣਗੇ ਉਹਨਾਂ ਨੂੰ ਇੱਕ ਕਿਤਾਬ ਦੇਵਾਂਗਾ ਸ਼ਿਵ ਕੁਮਾਰ ਬਟਾਲੀ ਦੀ, ਪੜ੍ਹੋ। ਸ਼ਿਵ ਕੁਮਾਰ ਬਟਾਲਵੀ, ਉਦਾਸੀ, ਇਹੋ ਜਿਹੇ ਲੇਖਕ ਦੀ ਦੇਣਗੇ, ਹਾਂ ਉਹ ਸੰਤ ਰਾਮ ਉਦਾਸੀ ਦੇਣਗੇ, ਉਹਨਾਂ ਦੇ ਮਨਾਂ ਵਿੱਚ ਪਿਆਰ ਪੈਦਾ ਹੋਗੀ, ਉਹਨਾਂ ਦੀ ਗਲਤੀ ਖੁਦ ਉਹ ਮਹਿਸੂਸ ਕਰਨਗੇ। ਤੇ ਤੁਸੀਂ ਦੇ ਦਿਓਗੇ ਜੇ ਘਰ ਜਾ ਕੇ ਰੱਖ ਦੇਣਗੇ ਫਿਰ? ਨਹੀਂ, ਪੜਨਗੇ, ਫਿਰ ਅਗਲੇ ਦਿਨ ਪੁੱਛਿਆ ਵੀ ਜਾ ਕੇ। ਮੈਨੂੰ ਨਾ ਲੱਗਦਾ ਇੰਨੀ ਬੇਸ਼ਰਮ ਹੋਣਗੇ ਕੋਈ ਅਧਿਕਾਰੀ, ਜਰੂਰ ਉਹਨਾਂ ਦੇ ਮਨਾਂ ਵਿੱਚ ਪਿਆਰ ਪੈਦਾ ਹੋਗੀ, ਕਿਉਂਕਿ ਭਾਸ਼ਾ ਹੀ ਇੰਨੀ ਪਿਆਰ ਹੈ, ਪਿਆਰੇ ਹੈ ਭਾਸ਼ਾ ਪੰਜਾਬੀ। ਪਰ ਹੁਣ ਜਿਹੜੇ ਬੱਚਿਆਂ ਦੇ ਉੱਪਰ ਪਰਚੇ ਦਰਜ ਹੋ ਗਏ ਨੇ ਜੀ, ਜਿਹੜੇ ਜਿਹਨਾਂ ਦੇ ਉੱਪਰ FIR ਦਰਜ ਹੋਗੀ, ਇੱਥੇ ਹੁਣ ਸਾਨੂੰ ਕੀ ਕਰਨਾ ਚਾਹੀਦਾ? ਨਹੀਂ ਨਹੀਂ, ਮੇਰਾ ਗੱਲਬਾਤ ਵੀ ਹੋਇਆ ਅਧਿਕਾਰੀ ਨਾਲ, ਲੋਕਲ ਅਧਿਕਾਰੀ ਨਾਲ, ਸਿਰਫ ਪਰਚਾ ਦਰਜ ਹੋਏ, ਕੋਈ ਕਾਰਵਾਈ ਨਹੀਂ ਹੋਇਆ, ਕਾਰਵਾਈ ਨਹੀਂ ਜੀ ਹੋਈ। ਉਹਨਾਂ ਨੂੰ ਪਤਾ ਹੈ ਜੇ ਕਾਰਵਾਈ ਕਰਨਗੇ ਤਾਂ ਪੂਰਾ ਪੰਜਾਬ ਭੜਕ ਜਾਣਾ, ਉਹਨਾਂ ਨੂੰ ਪਤਾ ਹੈ, ਉਹ ਨਹੀਂ ਕਰ ਸਕਦੇ। ਸਿਰਫ ਸਿੰਬੋਲਿਕਲੀ ਰਾਸ਼ਟਰੀ ਸੰਪਤੀ ਨੂੰ ਹਾਨੀ ਪਹੁੰਚਾਉਣ ਦੇ ਅਧੀਨ ਉਹ ਦਰਜਾ ਪਾ ਰਹੇ ਨੇ, ਕੋਈ ਸਜ਼ਾ ਨਹੀਂ ਹੋਈ, ਸਜ਼ਾ ਤਾਂ ਉਹ ਦਿਲਾ ਹੀ ਨਹੀਂ ਸਕਦੇ। ਨਹੀਂ, ਇਹ ਤਾਂ ਰਾਸ਼ਟਰੀ ਸੰਪਤੀ ਨੂੰ ਹਾਨੀ ਪਹੁੰਚਾਉਣ ਦੇ ਤਹਿਤ ਇਹਨਾਂ ਦੇ ਉੱਪਰ ਪਰਚੇ ਦਰਜ ਏਡੀ ਜਲਦਬਾਜ਼ੀ ਦੇ ਵਿੱਚ ਹੋ ਗਏ, ਤੇ ਜਿਹੜਾ ਸਾਡੀ ਪੰਜਾਬ ਮਾਂ ਬੋਲੀ ਦਾ ਨੁਕਸਾਨ ਕੀਤਾ ਗਿਆ, ਤੇ ਉੱਥੇ ਕਿਉਂ ਨਹੀਂ ਪਰਚੇ ਹੋਏ ਅਜੇ ਤੱਕ? ਹੋਣ ਦੀ ਲੋੜ ਹੈ। ਇਸ ਲਈ ਮੈਂ ਕਹਿੰਦਾ ਕਿ ਅਸੀਂ ਕਾਨੂੰਨੀ ਤੌਰ ਤੇ ਜੇਕਰ ਕੰਮ ਕਰਨਗੇ, ਹਾਈਕੋਰਟ ਦੇ ਵਿੱਚ ਪੇਸ਼ ਕਰਨਗੇ, ਅਧਿਕਾਰੀ 2014 ਦੀ ਹੁਕਮ ਦੇ ਬਾਵਜੂਦ ਵੀ ਇਹੋ ਜਿਹੇ ਲਿਖੇ ਨੇ, ਉਹ ਅਧਿਕਾਰੀ ਨੂੰ ਸਜ਼ਾ ਹਮੇਸ਼ਾ ਲਈ ਮਿਲੇਗੀ ਉਹਨਾਂ ਨੂੰ, ਜਾਂ ਸਸਪੈਂਡ ਹੋਣਾ ਹੈ, ਜਾਂ ਉਹਨਾਂ ਦੀ ਸਰਵਿਸ ਕਿਤਾਬ ਦੇ ਵਿੱਚ ਲਿਖਿਆ ਜਾਵੇਗਾ ਕਿ ਇਹ ਬੰਦਾ ਜਾਣਬੁੱਝ ਕੇ ਪੰਜਾਬੀ ਥੱਲੇ ਲੈ ਕੇ ਆਏਗਾ, ਇਹਦਾ ਗਿਆਨ ਨਹੀਂ ਹੈ, ਉਹ ਭਾਸ਼ਾ ਦੇ ਵਿਰੋਧੀ ਹੈ, ਇਹਨਾਂ ਦਾ ਕੋਈ ਪ੍ਰਮੋਸ਼ਨ ਨਹੀਂ, ਪਰਮਨੈਂਟ ਉਹਦੀ ਸਜ਼ਾ ਹੋਏਗੀ ਉਹਨਾਂ ਨੂੰ। ਇਹ ਕੰਮ ਹੀ ਕਰਨਾ ਸੀ, ਪਰ ਇਹ ਲੋਕਾਂ ਨੇ ਰੰਗ ਫੇਰ ਕੇ ਸਾਰੇ, ਕੋਈ ਗੱਲ ਨਹੀਂ, ਉਹ ਉਹਨਾਂ ਹੋਣਾ ਸੀ, ਉਹਨਾਂ ਦਾ ਭਾਵਨਾ ਨੂੰ ਵੀ ਮੈਂ ਸਤਿਕਾਰ ਕਰਦਾ, ਪੰਜਾਬੀ ਲੱਖਾਂ ਸਦਕਾ ਬਹੁਤ ਵਧੀਆ ਬੰਦਾ ਨੇ, ਉਹਨਾਂ ਨੂੰ ਤਾਂ ਜਾ ਕੇ ਸਤਿਕਾਰ ਕਰਨ ਦੇ ਲਈ, ਇਹੋ ਜਿਹੇ ਲੋਕਾਂ ਨੂੰ ਪਾਵੇ, ਉਹਨਾਂ ਦੇ ਇਤਿਹਾਸ ਕਿਆ ਮੈਂ ਨਹੀਂ ਜਾਣਦਾ, ਪਰ ਪੰਜਾਬੀ ਭਾਸ਼ਾ ਦੀ ਸਤਿਕਾਰ ਦੀ ਗੱਲ ਕਰ ਰਿਹਾ ਹੋ ਜੀ, ਚੁੱਪ ਪਾਵੇ ਕੋਈ ਵੀ ਹੋਵੇ, ਮੈਂ ਉਹਨਾਂ ਦਾ ਪਾਉਂ, ਮੈਂ ਪੂਜਾ ਕਰਦਾ ਉਹਨਾਂ ਦਾ, ਕਿਉਂਕਿ ਪੰਜਾਬੀ ਭਾਸ਼ਾ ਦੀ ਸਤਿਕਾਰ ਵਧਾਉਣ ਦੀ ਲੋੜ ਹੈ ਸਾਨੂੰ, ਭਾਵੇਂ ਕੋਈ ਵੀ ਕਰੀਏ, ਕੋਈ ਵੀ ਗੱਲ ਕਰੀਏ ਉਸ ਭਾਸ਼ਾ ਦੀ, ਉਸ ਭਾਸ਼ਾ ਦਾ ਸਤਿਕਾਰ ਕਰਾਉਣ ਲਈ ਮੈਂ ਆਖਰੀ ਦਮ ਤੱਕ ਕਰਾਂਗਾ। ਤੁਹਾਡੀ ਮਾਂ ਬੋਲੀ ਕੰਨੜ ਹੈ ਜੀ, ਤੁਹਾਨੂੰ ਤੁਹਾਡੇ ਕਿਸੇ ਰਿਸ਼ਤੇਦਾਰ ਨੇ, ਤੁਹਾਡੇ ਕਿਸੇ ਸੀਨੀਅਰ ਅਫਸਰ ਨੇ, ਜਾਂ ਤੁਹਾਡੇ ਧਰਮ ਨਾਲ ਰਿਲੇਟਡ ਕਿਸੇ ਬੰਦੇ ਨੇ ਨੀ ਇਹ ਕਿਹਾ ਵੀ ਤੁਸੀਂ ਕਿਹੜੇ ਕੰਮ ਦੇ ਮਗਰ ਪੈ ਗਏ ਹੋ? ਨਹੀਂ ਨਹੀਂ, ਉਹ ਗਰੂ ਮਹਿਸੂਸ ਕਰਦੇ ਨੇ, ਉਹ ਕਹਿੰਦੇ ਨੇ ਕਿ ਪੰਜਾਬੀ ਭਾਸ਼ਾ, ਗੁਰੂ ਪੀਰਾਂ ਦੀ ਭਾਸ਼ਾ, ਸੰਤ ਰਾਮ ਉਦਾਸੀ, ਸ਼ਿਵ ਕੁਮਾਰ ਬਟਾਲਵੀ ਪਾਸ਼ ਵਰਗੇ ਲੇਖਕਾਂ ਦੀ ਭਾਸ਼ਾ, ਉਹਨਾਂ ਦੀ ਭਾਸ਼ਾ ਤੁਸੀਂ ਜੇ ਕੰਮ ਕਰਦੇ ਹੋ ਤਾਂ ਕਰਦੇ ਰਹੋ, ਰੁਕਣਾ ਨਹੀਂ ਹੈ। ਸਾਰੇ ਦੇ ਸਾਰੇ, ਇੱਕ ਵੀ ਮੈਨੂੰ ਇਹ ਨਹੀਂ ਕਿਹਾ, ਰੋਕਿਆ ਨਹੀਂ, ਸਾਰੇ ਦੇ ਸਾਰੇ ਮੇਰੇ, ਈਵਨ ਮੇਰੇ ਜਿਹੜੇ ਜਿਸ ਨੂੰ ਅਸੀਂ ਮੈਂ ਮੰਨਦਾ ਹੈ ਕਿ ਮੇਰਾ ਖਿਲਾਫ ਬੋਲਦਾ ਹੈ, ਉਹ ਵੀ ਆ ਕੇ ਮੇਰੇ ਗੱਲੇ ਲਗਾਉਂਦੇ ਨੇ, ਤੁਸੀਂ ਕਰਦੇ ਰਹੋ, ਰੋਕਣਾ ਨਹੀਂ, ਕਿਉਂਕਿ ਇਹ ਭਾਸ਼ਾ ਨਾ ਸਿਰਫ ਇੱਕ ਧਰਮ ਦੀ ਹੈ, ਨਾ ਕੋਈ ਖੇਤਰ ਦੀ ਹੈ, ਇਹ ਭਾਸ਼ਾ ਸਭ ਦੀ ਹੈ ਜੀ, ਸਾਰੇ ਲੋਕਾਂ ਦੀ ਹੈ, ਉਹ ਇਹ ਭਾਸ਼ਾ ਮਿਠਾਸ ਭਰੀ ਹੈ। ਬਾਬਾ ਫਰੀਦ ਤੋਂ ਲੈ ਕੇ ਬਾਬਾ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਦੀ ਭਾਸ਼ਾ ਹੈ ਜੀ, ਖੁਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਨੇ ਉਸ ਭਾਸ਼ਾ ਵਿੱਚ ਲਿਖੇ ਨੇ, ਇੱਕ ਇੱਕ ਕਵਿਤਾ ਹੈ ਉਹ ਭਾਸ਼ਾ ਵਿੱਚ ਉਹ ਲਿਖੇ ਨੇ, ਮਤਲਬ ਇੰਨੀ ਮਿਠਾਸ ਭਰੀ ਭਾਸ਼ਾ ਨੂੰ ਸਤਿਕਾਰ ਕਰਨ ਲਈ ਕਰਨਾਟਕ ਦੇ ਲੋਕ ਤਾਂ ਬਹੁਤ ਖੁਸ਼ ਨੇ। ਮੇਰਾ ਰਿਸ਼ਤੇਦਾਰ ਉਹ ਕਹਿੰਦੇ ਨੇ ਤੁਸੀਂ ਤਾਂ ਸਾਡੇ ਖਾਨਦਾਨ ਦੀ ਇੱਜ਼ਤ ਵਧਾਇਆ, ਹੋਰ ਵਧਾਓ ਜੀ, ਕੋਈ ਗੱਲ ਕਹਿੰਦੇ ਨੇ ਜੀ ਜੀ, ਜਿਵੇਂ ਹੁਣ ਤੁਹਾਡੇ ਪਰਿਵਾਰ ਦੇ ਲੋਕ ਗੱਲ ਕਹਿੰਦੇ ਨੇ, ਪਰ ਸਾਡੇ ਪੰਜਾਬ ਦੇ ਵਿੱਚ ਜਿਹੜੇ ਅਧਿਕਾਰੀ ਨੇ, ਜਦੋਂ ਪੰਜਾਬੀ ਮਾਂ ਬੋਲੀ ਤੋਂ ਨਫ਼ਰਤ, ਘਿਰਣਾ ਹੀ ਸ਼ਬਦ ਵਰਤਾਂਗਾ, ਨਫ਼ਰਤ ਕਰਦੇ ਨੇ। ਹੁਣ ਮੈਂ ਨੌਜਵਾਨਾਂ ਦੇ ਨਾਲ ਅੱਜ ਗੱਲਾਂ ਬਾਤਾਂ ਕੀਤੀਆਂ, ਕਰੀਬ ਅੱਜ ਮੈਂ 20 ਨੌਜਵਾਨਾਂ ਦੇ ਨਾਲ ਸਵੇਰ ਤੋਂ ਲੈ ਕੇ ਹੁਣ ਤੱਕ ਗੱਲਾਂ ਬਾਤਾਂ ਕਰਦਾ ਰਿਹਾ ਵਾਂ, ਵੀ ਇਹ ਕੀ ਸਟੇਟਸ ਹੈ, ਕਿਹਨਾਂ ਦੇ ਉੱਪਰ ਪਰਚੇ ਦਰਜ ਹੋਏ ਨੇ, ਕਿੱਥੋਂ ਦੇ ਰਹਿਣ ਵਾਲੇ ਸੀ, FIR ਦੀ ਜਿਹੜੀ ਕਾਪੀ ਨੇ ਉਹ ਮੈਨੂੰ ਵਟਸਐਪ ਕਰੋ, ਉਹ ਸਾਰੀਆਂ ਚੀਜ਼ਾਂ ਮੈਂ ਮੰਗਾਈਆਂ। ਰਿਜ਼ਲਟ ਕੀ ਨਿਕਲਿਆ ਵੀ ਜਿਸ ਵੇਲੇ ਇਹਨਾਂ ਨੇ ਇਹ ਦੇਖਿਆ, ਠੀਕ ਹੈ ਜੀ, ਉਸ ਤੋਂ ਬਾਅਦ ਇਹਨਾਂ ਨੇ ਆਪੋ ਆਪਣੇ ਇਲਾਕੇ ਦੇ DC ਨੂੰ ਮੰਗ ਪੱਤਰ ਦਿੱਤਾ ਵੀ ਜੇ ਮਿਸਟੇਕ ਹੈ ਤੇ ਠੀਕ ਕਰਵਾ ਦਿਓ, ਤੇ DC ਕੋਲ ਇੱਕ ਬਹੁਤ ਵੱਡੀ ਪਾਵਰ ਹੁੰਦੀ ਹੈ, DC ਕੋਲ ਛੋਟਾ ਮੋਟਾ ਨਹੀਂ ਹੁੰਦਾ, ਠੀਕ। ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ, ਜਦੋਂ DC ਨੂੰ ਮੰਗ ਪੱਤਰ ਦਿੱਤੇ, ਕੋਈ ਜਵਾਬ ਨਾ ਆਇਆ, ਦੁਬਾਰਾ ਫਿਰ ਇਹਨਾਂ ਨੇ ਕਿਹਾ ਵੀ ਅਸੀਂ ਨਹੀਂ ਤੇ ਧਰਨੇ ਲਾਵਾਂਗੇ, ਤੁਸੀਂ ਇਹ ਕੰਮ ਕਰਵਾ ਦਿਓ। ਜਦੋਂ ਜਵਾਬ ਆਇਆ ਵੀ ਇਹ ਕੰਮ ਨਹੀਂ ਹੋ ਸਕਦਾ, ਇਸੇ ਤਰ੍ਹਾਂ ਹੀ ਲੱਗੇ ਰਹਿਣਗੇ, ਉਸ ਤੋਂ ਬਾਅਦ ਨੌਜਵਾਨ ਜਿਹੜੇ ਨੇ ਭੜਕਾਹਟ ਵਿੱਚ ਆਏ ਨੇ। ਪੰਜਾਬੀਆਂ ਦੀ ਕੋਈ ਤੇ ਅਣਖ ਹੈ, ਇਹ ਤਾਂ ਨਹੀਂ ਕਹਿ ਸਕਦੇ ਵੀ ਅਣਖ ਬਿਲਕੁਲ ਮਰ ਚੁੱਕੀ ਹੈ, ਉਸ ਤੋਂ ਬਾਅਦ ਇਹ ਅਣਖ ਇਹਨਾਂ ਦੀ ਜਾਗੀ ਹੈ ਤੇ ਇਹ ਸੜਕਾਂ ਦੇ ਉੱਪਰ ਆਏ, ਫਿਰ ਇਹਨਾਂ ਨੇ ਉਹ ਰੰਗ ਫੇਰਿਆ। ਇਕੱਲੀ ਭਾਵੁਕ ਹੋ ਕੇ ਕੀਤਾ ਹੋਇਆ ਕਦਮ ਨਹੀਂ ਹੈ, ਇਹ
ਇੱਕ ਹੁੰਦਾ ਨਾ ਭਾਵੁਕ ਹੋ ਕੇ ਬੱਚੇ ਤੁਰ ਪਏ, ਭਾਵੁਕ ਹੋ ਕੇ ਕੀਤਾ ਹੋਇਆ ਕਦਮ ਨਹੀਂ ਹੈ, ਇਹ ਬੜੀ ਬਰੀਕੀ ਦੇ ਵਿੱਚ ਹੋਏ ਨੇ ਕਦਮ ਪਹਿਲਾਂ। ਇਸ ਤੋਂ ਬਾਅਦ ਇਹਨਾਂ ਨੇ ਸਹੀ ਰਾਹ ਅਪਣਾਇਆ, ਜਦੋਂ ਸਹੀ ਰਾਹ ਦੇ ਉੱਪਰ ਨਹੀਂ ਕੋਈ ਚੱਲਿਆ, ਦਲੀਲ ਅਪੀਲ ਨਹੀਂ ਸੁਣੀ ਗਈ, ਉਸ ਤੋਂ ਬਾਅਦ ਇਹਨਾਂ ਨੇ ਇਹ ਰਾਹ ਅਪਣਾਇਆ। ਜੀ ਬਿਲਕੁਲ, ਮੈਂ ਮੰਨਦਾ ਹੈ ਉਹਨਾਂ ਦਾ ਪਾਉਣਾ, ਉਹਨਾਂ ਦਾ ਸਾਰੇ ਮੈਂ ਮੰਨਦਾ ਹੈ। ਕਹਿਣ ਨਾ ਪਾਵੇ ਲੋਕਲ ਅਧਿਕਾਰੀ ਹੋਵੇ ਭਾਵੇ ਚੀਫ ਇੰਜੀਨੀਅਰ ਹੋ, ਇਹ ਗੱਲ ਸਮਝ ਚੁੱਕੇ ਨੇ ਜੀ, ਉਹ ਜ਼ਰੂਰ ਠੀਕ ਕਰਨਗੇ। ਮੁੱਦਾ ਸਿਰਫ ਪਰ ਮੈਨੂੰ ਇੱਕ ਚੀਜ਼ ਅਜੇ ਤੱਕ ਸਮਝ ਨਹੀਂ ਲੱਗੀ, ਉਹਨਾਂ ਨੇ ਤੁਹਾਡੇ ਕੋਲ 3 ਮਹੀਨੇ ਦਾ ਸਮਾਂ ਹੀ ਕਿਉਂ ਲਿਆ? ਨਹੀਂ ਉਹ ਨਹੀਂ ਲਿੱਤੇ, ਮੈਂ ਉਹਨਾਂ ਨੂੰ ਦਿੱਤਾ ਹੈ 3 ਘੰਟੇ ਦਾ ਸਮਾਂ ਹੈ ਇਹ। ਜੀ ਬਿਲਕੁਲ, 3 ਘੰਟੇ ਦੇ ਵਿੱਚ ਹੀ ਕਰ ਸਕਦੇ ਨੇ ਸਰਕਾਰ। ਦਰਸ਼ਕੋ ਮੈਂ ਤੁਹਾਡੇ ਨਾਲ ਸਿਰਫ ਇੱਕੋ ਗੱਲ ਦੀ ਸਾਂਝ ਪਾਉਣੀ ਚਾਹੁੰਦਾ ਵਾਂ, ਨੋਟਬੰਦੀ ਕਿੱਡਾ ਵੱਡਾ ਫੈਸਲਾ ਸੀ, ਕਿੰਨੇ ਸਮੇਂ ਦੇ ਵਿੱਚ ਲਿਆ ਗਿਆ, ਸਭ ਨੂੰ ਪਤਾ ਹੈ। ਬਹੁਤ ਕੁਝ ਹੋ ਸਕਦਾ ਜੇ ਕਰਨਾ ਚਾਹੁਣ ਤੇ, ਇਹ ਤਾਂ ਕੰਮ ਬਹੁਤ ਛੋਟਾ ਜਿਹਾ ਹੈ। ਸਵੇਰ ਆਰਡਰ ਦਿੱਤੇ ਜਾਣ ਤੇ ਸ਼ਾਮ ਤੱਕ ਸਾਰੇ ਬੋਰਡ ਜਿਹੜੇ ਨੇ ਸਹੀ ਲੱਗ ਸਕਦੇ ਨੇ। 3 ਮਹੀਨੇ ਦਾ ਸਮਾਂ ਸਿਰਫ ਮੈਨੂੰ ਤਾਂ ਕਿਤੇ ਇੰਝ ਲੱਗਦਾ ਵੀ ਸਾਡੇ ਯੂਥ ਨੂੰ ਸ਼ਾਂਤ ਕਰਨ ਵਾਸਤੇ ਹੈ, ਵੀ ਇਹ ਸਾਰੇ ਸ਼ਾਂਤ ਹੋ ਜਾਣਗੇ, ਚੁੱਪ ਕਰਕੇ ਬੈਠ ਜਾਣਗੇ, ਉਸ ਤੋਂ ਬਾਅਦ 3 ਮਹੀਨਿਆਂ ਬਾਅਦ ਫਿਰ ਦੇਖਾਂਗੇ। ਕਿਤੇ ਐਸਾ ਤਾਂ ਨਹੀਂ? ਨਹੀਂ ਨਹੀਂ ਬਿਲਕੁਲ ਨਹੀਂ। ਉਹ ਜਿਹੜੀ ਸਿੰਗਲਾ ਜੀ ਹੈ ਚੀਫ ਇੰਜੀਨੀਅਰ, ਉਹਨਾਂ ਦਾ ਮੇਰਾ ਗੱਲਬਾਤ ਵੀ ਹੋਇਆ, ਮਿਲ ਕੇ ਆਇਆ ਮੈਂ, ਉਹ ਕਹਿੰਦੇ ਨੇ ਕਿ ਉਹ ਜ਼ਰੂਰ ਠੀਕ ਕਰਨਗੇ। ਕਾਰਨ ਹੈ ਉਹਨਾਂ ਦੇ ਮਨਾਂ ਵਿੱਚ ਵੀ ਹੈ ਕਿਤੇ ਨਾ ਕਿਤੇ ਗਲਤੀ ਹੋਇਆ, ਉਹ ਠੀਕ ਕਰਨਗੇ। ਸਿਰਫ ਮੁੱਦਾ ਬੋਰਡ ਤੇ ਪੜ੍ਹਨਾ, ਬਿਆਨ ਵੀ ਦਿੱਤਾ ਜਾ ਸਕਦਾ ਹੈ, ਬਿਆਨ ਦਿੱਤੇ ਨੇ, ਉਹ ਸਟੇਟਮੈਂਟ ਦਿੱਤਾ ਗਿਆ, ਆਫੀਸ਼ੀਅਲੀ ਸਟੇਟਮੈਂਟ ਦਿੱਤਾ ਗਿਆ, ਉਹ ਕੰਮ ਵੀ ਸ਼ੁਰੂ ਕਰ ਚੁੱਕੇ ਨੇ, ਆਰਡਰ ਹੋ ਚੁੱਕਿਆ ਹੈ। ਉਹ ਨਹੀਂ ਕਰਦੇ ਤਾਂ ਸਾਡੇ ਲਈ ਤਾਂ ਬਹੁਤ ਵਧੀਆ ਗੱਲ ਹੈ, ਉਹਨਾਂ ਨੂੰ ਹੋਰ ਫਸਾਉਣ ਲਈ ਤੇ ਪਰਮਾਨੈਂਟ ਕੰਮ ਕਰਾਉਣ ਲਈ ਬਹੁਤ ਵਧੀਆ ਗੱਲ ਹੈ। ਮੈਂ ਤਾਂ ਉਡੀਕ ਰਿਹਾ 3 ਮਹੀਨੇ ਤੱਕ, ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਦੇਖੋ ਤੁਸੀਂ। ਕਾਨੂੰਨ ਕੋਰਟ ਕਿਸੇ ਦੀ ਸੁਣਦਾ ਨਹੀਂ, ਉਹ ਸਿੱਧਾ ਉਹਨਾਂ ਨੂੰ ਸੱਦਾ ਦੇ ਕੇ ਸਸਪੈਂਡ ਕਰ ਦੇਣਾ ਹੈ। ਕਹਿਣ ਦਾ ਭਾਵ ਹੈ ਇਹ ਉਹਨਾਂ ਨੂੰ ਪਤਾ ਹੈ, ਉਹ ਕਰਨਗੇ। ਨਾ ਸਿਰਫ ਪੰਜਾਬੀ ਭਾਸ਼ਾ ਨੂੰ ਪਟਰਾਨੀ ਬਣਾਉਣ ਤੱਕ ਸੀਮਿਤ ਨਹੀਂ ਹੈ ਪੰਜਾਬੀ ਭਾਸ਼ਾ ਦੇ ਪ੍ਰਫੁੱਲਤ ਕਰਨਾ, ਸਿਰਫ ਪੰਜਾਬੀ ਬੋਰਡ ਤੇ ਪੰਜਾਬੀ ਥੱਲਿਆ ਲੈ ਕੇ ਗਿਆ, ਇੱਕ ਸਮੱਸਿਆ ਨਹੀਂ ਹੈ, ਹੋਰ ਵੀ ਸਮੱਸਿਆ ਨੇ ਪੰਜਾਬ ਦੇ ਵਿੱਚ। ਪੰਜਾਬੀ ਭਾਸ਼ਾ ਪ੍ਰਤੀ ਬਹੁਤ ਸਾਰੇ ਸਕੂਲ ਬੰਦ ਹੋ ਰਹੇ ਨੇ, 800 ਤੋਂ ਸਕੂਲ ਬੰਦ ਹੋ ਰਹੇ ਨੇ। ਪੰਜਾਬੀ ਭਾਸ਼ਾ ਪ੍ਰਤੀ ਸਤਿਕਾਰ ਸਨਮਾਨ ਦਿਲਾਉਣ ਲਈ ਖੁਦ ਅਧਿਕਾਰੀ ਸਨਮਾਨਜਨਕ ਲੋਕ ਹੀ ਪੰਜਾਬੀ ਬੋਲਦੇ ਨਹੀਂ ਹੈ, ਪੰਜਾਬੀ ਬੋਲਣ ਦੇ ਵਿੱਚ ਮਾਣ ਮਹਿਸੂਸ ਨਹੀਂ ਕਰਦੇ। ਜਿਹੜੇ ਲੋਕ ਚੁਣੇ ਹੋਏ ਲੋਕ ਵੀ ਮੰਤਰੀ ਬਣਨ ਤੋਂ ਪਹਿਲੇ ਪੰਜਾਬੀ ਵਿੱਚ ਸ਼ਪਥ ਨਹੀਂ ਲੈਂਦੇ ਨੇ, ਇਹ ਮੁੱਦੇ ਹੈ। ਅਸੀਂ ਤੁਹਾਡੇ ਨਾਲ ਹੋਰ ਵੀ ਵਧੀਆ ਗੱਲਾਂ ਕਰਾਂਗੇ ਕਿਉਂਕਿ ਸਾਡੇ ਨਾਲ ਕੁਝ ਸਾਡੇ ਕਾਲਰ ਜੁੜ ਚੁੱਕੇ ਨੇ। ਤੇ ਹਾਂਜੀ, ਤੁਹਾਡੇ ਅੰਦਰ ਦਾ ਕੋਈ ਸਵਾਲ ਹੈ ਜੀ, ਤੁਸੀਂ ਕਰ ਸਕਦੇ ਹੋ। ਭਾਈ ਬਲਵੀਰ ਸਿੰਘ ਜੀ, ਭਾਈ ਬਲਵੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਅੰਦਰ ਦਾ ਕੋਈ ਸਵਾਲ ਹੈ ਜੀ, ਤੁਸੀਂ ਕਰ ਸਕਦੇ ਹੋ ਜੀ। ਹੈਲੋ, ਹਰਪ੍ਰੀਤ ਸਿੰਘ ਮੱਖੂ ਅਰਜ਼ ਕਰ ਰਿਹਾ ਜੀ, ਤੁਹਾਡੇ ਅੰਦਰ ਦਾ ਕੋਈ ਸਵਾਲ ਹੈ ਪੰਜਾਬੀ ਪੰਜਾਬੀਅਤ ਨੂੰ ਲੈ ਕੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ ਨੂੰ 600 ਸਲਾਮ ਜੀ, ਤੇ ਇਹ ਜਿਹੜੇ ਤੁਹਾਡੇ ਹੈਲੋ, ਮੈਂ ਬੋਲ ਰਿਹਾ ਜੀ। ਹਾਂਜੀ ਹਾਂਜੀ, ਅਸੀਂ ਸੁਣ ਰਹੇ ਹਾਂ ਜੀ, ਬਿਲਕੁਲ ਸੁਣ ਰਹੇ ਹਾਂ ਜੀ। ਹੈਲੋ, ਤੁਹਾਡੀ ਆਵਾਜ਼ ਸਾਡੇ ਤੱਕ ਪਹੁੰਚ ਰਹੀ ਹੈ ਜੀ, ਤੁਸੀਂ ਆਪਣੀ ਗੱਲ ਕਰ ਸਕਦੇ ਹੋ। ਤੁਹਾਡੀ ਆਵਾਜ਼ ਮੈਨੂੰ ਸੁਣੇ ਨਹੀਂ ਰਹੀ ਜੀ। ਤੁਸੀਂ ਆਪਣੀ ਟੈਲੀਵਿਜ਼ਨ ਦੀ ਆਵਾਜ਼ ਥੋੜੀ ਜੀ ਘਟਾ ਲਓ ਜੀ, ਬੰਦ ਕਰ ਲਓ। ਗੁਰਮੁਖੋ, ਤੁਸੀਂ ਆਪਣੀ ਗੱਲ ਕਹੋ, ਤੁਹਾਡੀ ਆਵਾਜ਼ ਸਾਡੇ ਤੱਕ ਆ ਰਹੀ ਹੈ, ਅਸੀਂ ਤੁਹਾਡੀ ਆਵਾਜ਼ ਸੁਣ ਪਾ ਰਹੇ ਹਾਂ ਜੀ। ਤੁਹਾਨੂੰ ਆ ਰਹੀ ਹੈ? ਮੈਨੂੰ ਨਹੀਂ ਆ ਰਹੀ ਇਹ। ਅੱਛਾ ਜੀ, ਜਿਹੜੀਆਂ ਸਾਡੀਆਂ ਗੌਰਮੈਂਟਾਂ ਤੁਸੀਂ ਸਿੱਖਾਂ ਨੇ ਬਣਾਈਆਂ, ਇਹ ਸਾਰੇ ਹਿੰਦੀ ਬੋਲਦੇ ਆ, ਇਹਨਾਂ ਨੂੰ ਸ਼ਰਮ ਨਹੀਂ ਆਈ ਜੀ? ਸਾਰੀ ਬੰਦ ਹੋ ਗਈ ਜੀ, ਅਸੀਂ ਸੁਣ ਰਹੇ ਹਾਂ ਜੀ, ਤੁਸੀਂ ਆਪਣੀ ਗੱਲ ਕਰੋ। ਇਹ ਡਾਕਟਰ ਸਾਹਿਬ ਨੂੰ ਸਤਿ ਸ੍ਰੀ ਅਕਾਲ, ਇੱਕ ਹਿੰਦੂ ਹੋ ਕੇ ਪੰਜਾਬੀ ਲਈ ਲੜ ਰਹੇ ਆ, ਇਹ ਤੁਹਾਡੀ ਜਿਹੜੀ ਗੌਰਮੈਂਟ ਆ ਇਹ ਸਾਰੀ ਹਿੰਦੀ ਬੋਲ ਰਹੀ ਆ ਜੀ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ? ਬਿਲਕੁਲ ਜੀ ਬਿਲਕੁਲ, ਇਹ ਮੁੱਦਾ ਵੀ ਚੱਕਦੇ ਆ ਜੀ। ਹਾਂਜੀ, ਇਹ ਹੁਣ ਗੱਲ ਮੈਨੂੰ ਕੋਈ ਸੁਣ ਨਹੀਂ ਰਹੀ ਇੱਧਰ ਇਹ ਜੀ। ਪ੍ਰੋਫੈਸਰ ਸਾਹਿਬ, ਦੇਖੋ ਜਿਹੜੇ ਨਾਲ ਜੁੜਦੇ ਨੇ ਸਾਡੇ ਸਰੋਤੇ ਨੇ, ਉਹ ਵੀ ਪੰਜਾਬ ਪੰਜਾਬੀਅਤ ਨਾਲ ਪਿਆਰ ਕਰਨ ਵਾਲੇ ਨੇ,
ਜਿੱਥੇ ਉਹਨਾਂ ਨੇ ਤੁਹਾਡਾ ਧੰਨਵਾਦ ਕੀਤਾ, ਤੁਹਾਨੂੰ ਸੈਲਿਊਟ ਕੀਤਾ, ਉੱਥੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਵੀ ਇਹ ਸੌ ਪੰਜਾਬੀ ਦੇ ਵਿੱਚ ਨਹੀਂ ਲੈਂਦੇ, ਤੇ ਉਹੀ ਗੱਲ ਇਹਨਾਂ ਨੇ ਕਹੀ ਹੈ। ਜੀ ਬਿਲਕੁਲ, ਇਹਨਾਂ ਨੇ ਇਹ ਗੱਲ ਕਹੀ ਹੈ। ਮੈਂ ਵੀ ਇਹਨਾਂ ਨੂੰ ਸਲਾਮ ਕਰਦਾ ਹੈ। ਸਾਤ ਸਮੁੰਦਰ ਪਾਰਕ ਬੈਠ ਕੇ ਵੀ ਪੰਜਾਬੀ ਭਾਸ਼ਾ ਦਾ ਚਿੰਤਾ ਕਰਨਾ ਹਰੇਕ ਪੰਜਾਬੀ ਲਈ ਗੌਰਵ ਦੀ ਗੱਲ ਹੈ। ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਦੀ ਇੱਕ ਸੰਕੇਤ ਹੈ। ਉੱਥੇ ਬੈਠ ਕੇ ਵੀ ਪੰਜਾਬੀ ਭਾਸ਼ਾ ਦੀ ਗੌਰਵ ਦੀ ਗੱਲ ਕਰਦੇ ਨੇ। ਇਹਨਾਂ ਨੂੰ ਮੈਂ ਸਲਾਮ ਕਰਦਾ ਹੈ। ਕਹਿਣ ਦਾ ਭਾਵ ਹੈ ਜੇਕਰ ਉਹ ਲੋਕ ਸੱਤ ਸਮੁੰਦਰ ਪਾਰ ਬੈਠ ਕੇ ਪੰਜਾਬੀ ਵਿੱਚ ਗੱਲ ਕਰਨ ਦਾ ਮਾਣ ਮਹਿਸੂਸ ਕਰਦੇ ਨੇ ਤੇ ਪੰਜਾਬ ਵਿੱਚ ਬੈਠੇ ਅਧਿਕਾਰੀ ਲੋਕ ਕੀ ਬਾਤ ਹੈ, ਪੰਜਾਬ ਦੇ ਰੋਟੀ ਖਾ ਕੇ ਪੰਜਾਬੀ ਪਾਣੀ ਪੀ ਕੇ ਪੰਜਾਬੀ ਤਨਖਾਹ ਲੈ ਕੇ ਪੰਜਾਬੀ ਥੱਲੇ ਲਿਖਵਾਉਣ ਵਾਲੇ ਬੇਸ਼ਰਮ ਅਧਿਕਾਰੀ ਲੋਕਾਂ ਨੂੰ ਮੈਂ ਛੱਡਣਾ ਨਹੀਂ ਹੈ। ਇੱਥੇ ਕਰਨਾਟਕ ਤੋਂ ਇੱਥੇ ਮੈਨੂੰ ਲੱਗਦਾ ਹੈ ਰੱਬ ਨੇ ਇੱਥੇ ਇਸੇ ਭੇਜਿਆ ਗਿਆ ਮੈਨੂੰ, ਮੈਂ ਛੱਡਣਾ ਇਹਨਾਂ ਨੂੰ। ਪਾਪੀ ਹੈ ਲੋਕ, ਇਹ ਪਾਪੀ ਲੋਕ ਹੈ, ਇਹਨਾਂ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ। ਇਸ ਲਈ ਉਹਨਾਂ ਨੂੰ ਪਿਆਰ ਨਾਲ ਸਮਝਾਉਣ ਦੀ ਲੋੜ ਹੈ, ਇਸ ਲਈ ਉਹਨਾਂ ਨੂੰ ਕਿਤਾਬ ਦੇਣ ਦੀ ਲੋੜ ਹੈ ਕਿ ਇਤਿਹਾਸਿਕ ਦਸਤਾਵੇਜ਼ ਉਹਨਾਂ ਦੇ 5 ਵਜੇ ਜਾ ਕੇ ਲਿਓ, ਪੜ੍ਹੋ। ਨਹੀਂ ਪੜ੍ਹਨਗੇ ਪਹਿਲੇ ਦੂਜੇ ਦਿਨ ਵੀ ਜਾਵਾਂਗਾ, ਪੜ੍ਹੋ। ਇਹ ਭਾਸ਼ਾ ਪ੍ਰਤੀ ਸਤਿਕਾਰ ਸਨਮਾਨ ਜਗਾਉਣ ਦੀ ਲੋੜ ਹੈ। ਪੰਜਾਬੀ ਭਾਸ਼ਾ ਬੋਲਣ ਦੇ ਵਿੱਚ ਮਾਣ ਮਹਿਸੂਸ ਨਹੀਂ ਕਰਦੇ ਲੋਕ। ਸਹੀ ਕਹੇ ਉਹ ਭਾਈ ਸਾਹਿਬ ਕਿ ਪੰਜਾਬੀ ਬੋਲਦੇ ਨਹੀਂ, ਬਸ ਨਹੀਂ ਜਿਹੜੀ ਅਧਿਕਾਰੀਆਂ ਨੇ ਤੁਸੀਂ ਗੱਲ ਕੀਤੀ ਹੈ, ਨਾਮ ਹੈ ਪੰਜਾਬ ਨੈਸ਼ਨਲ ਬੈਂਕ, ਅੰਦਰ ਚਲੇ ਜਾਓ ਹਿੰਦੀ ਦੇ ਵਿੱਚ ਗੱਲ ਕਰਦੇ, ਕਹਿਣਾ ਪੈਂਦਾ ਤੁਸੀਂ ਸਾਡੇ ਨਾਲ ਪੰਜਾਬੀ ਦੇ ਵਿੱਚ ਗੱਲ ਕਰੋ, ਹੈਨਾ। ਜੇ ਕੋਈ ਮੰਨ ਲਿਆ ਕਿ ਕਿਸੇ ਪ੍ਰਦੇਸ਼ ਤੋਂ ਆਇਆ ਹੈ, ਉਹਦੇ ਨਾਲ ਤੁਸੀਂ ਹਿੰਦੀ ਵਿੱਚ ਗੱਲ ਕਰੋ, ਸਾਨੂੰ ਕੋਈ ਦਿੱਕਤ ਨਹੀਂ। ਪਰ ਘੱਟੋ ਘੱਟ ਤੁਹਾਨੂੰ ਇਹ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਬੈਠੇ ਹੋਏ ਹਾਂ, ਇੱਥੋਂ ਦੀ ਸਟੇਟ ਲੈਂਗੁਏਜ ਪੰਜਾਬੀ ਹੈ, ਤਾਂ ਅਸੀਂ ਪੰਜਾਬੀ ਵਿੱਚ ਗੱਲਬਾਤ ਕਰਨੀ ਹੈ। ਬਿਲਕੁਲ, ਪਰ ਸਰ ਇੱਕ ਉਦਾਹਰਣ ਵੀ ਹੈ, ਜੇਕਰ ਤੁਸੀਂ ਨੇਤਾ ਹੋ, ਮੰਤਰੀ ਹੋ, ਮੁੱਖ ਮੰਤਰੀ ਹੋ, ਤੁਹਾਡੀ ਫਰਜ਼ ਬਣਦੀ ਹੈ ਤੁਸੀਂ ਖੁਦ ਪੰਜਾਬੀ ਬੋਲੋ, ਪੰਜਾਬੀ ਨੂੰ ਪ੍ਰਫੁੱਲਿਤ ਕਰੋ। ਪਰ ਬੜਾ ਦੁੱਖ ਦੀ ਗੱਲ ਹੈ, ਜਦ ਸਰਕਾਰ ਬਣੀ ਮੁੱਖ ਮੰਤਰੀ ਵੀ ਪੰਜਾਬੀ ਵਿੱਚ ਸ਼ਪਥ ਨਹੀਂ ਲਿੱਤਾ ਹੈ, ਉਸ ਤੋਂ ਬਾਅਦ ਐਜੂਕੇਸ਼ਨ ਮਿਨਿਸਟਰ ਵੀ ਪੰਜਾਬੀ ਵਿੱਚ ਸ਼ਪਥ ਨਹੀਂ ਲੈਣਾ, ਇਹ ਗਲਤ ਸੰਦੇਸ਼ ਭੇਜਿਆ ਗਿਆ ਸਮਾਜ ਦੇ ਵਿੱਚ। ਇਸ ਲਈ ਸੱਤਾ ਚਲਾਉਣ ਵਾਲੇ ਲੋਕ ਨੂੰ ਸੂਚਿਤ ਹੋਣ ਦੀ ਲੋੜ ਹੈ, ਤਾਂ ਕਿ ਆਮ ਲੋਕ ਵੀ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਸਤਿਕਾਰ ਬੋਲਣ ਦੇ ਵਿੱਚ ਮਾਣ ਮਹਿਸੂਸ ਕਰਨਗੇ। ਇਹ ਸਾਰੇ ਕੰਮ ਭਾਸ਼ਾ ਵਿਭਾਗ ਵੀ ਹੈ ਜੋ ਪੰਜਾਬ ਸਰਕਾਰ ਦੇ ਅਧੀਨ ਹੁੰਦੀ ਹੈ। ਮੈਨੂੰ ਲੱਗਦਾ ਹੈ ਭਾਸ਼ਾ ਵਿਭਾਗ ਦੇ ਇਸਦੇ ਕੰਮ ਕਰਨ ਦੀ ਲੋੜ ਹੈ, ਪੰਜਾਬੀ ਭਾਸ਼ਾ ਪ੍ਰਤੀ ਲੋਕਾਂ ਦੇ ਮਨਾਂ ਵਿੱਚ ਪਿਆਰ ਪੈਦਾ ਕਰਾਉਣ ਦੀ ਲੋੜ ਹੈ। ਅਸਲ ਵਿੱਚ ਇੱਕ ਉਦਾਹਰਣ ਦੇਵਾਂਗਾ ਸਰ, ਕਰਨਾਟਕ ਦੇ ਵਿੱਚ ਕੰਨੜਾ ਡਿਵੈਲਪਮੈਂਟ ਅਥਾਰਟੀ ਹੈ, ਕੰਨੜ ਡਿਵੈਲਪਮੈਂਟ ਅਥਾਰਟੀ ਕਹਿੰਦਾ ਪਵੇ ਕੰਨੜ ਵਿਕਾਸ ਪ੍ਰਾਧਿਕਾਰ, ਪੰਜਾਬ ਵਿੱਚ ਨਹੀਂ ਹੈ ਜੀ। ਪੰਜਾਬੀ ਵਿਕਾਸ ਪ੍ਰਾਧਿਕਾਰ ਵੀ ਹੋ ਸਕਦਾ ਹੈ ਜਿੱਥੇ ਪੰਜਾਬੀ ਨੂੰ ਬੋਲਣਾ, ਪੰਜਾਬੀ ਵਿੱਚ ਕੰਮ ਕਰਨਾ, ਪੰਜਾਬੀ ਵਿੱਚ ਅਨੁਵਾਦ ਕਰਵਾਉਣਾ, ਇਹ ਸਾਰੇ ਕੰਮ ਕਰਦਾ ਹੈ। ਜਿੱਥੇ ਜਿੱਥੇ ਜੇਕਰ ਪੰਜਾਬੀ ਭਾਸ਼ਾ ਨਾਲ ਤਾਕਾ ਹੁੰਦੀ ਹੈ ਉੱਥੇ ਜਾ ਕੇ ਉਹ ਪਹੁੰਚ ਜਾਂਦੇ ਨੇ, ਕੰਨੜਾ ਲੋਕ, ਕੰਨੜਾ ਡਿਵੈਲਪਮੈਂਟ ਅਥਾਰਟੀ। ਇਹ ਨਹੀਂ ਹੈ, ਇਸ ਲਈ ਇਹ ਕੰਮ ਹੁੰਦਾ ਹੈ। ਮੈਨੂੰ ਲੱਗਦਾ ਹੈ ਪੰਜਾਬੀ ਲੋਕ ਹੁਣ ਸੂਚਿਤ ਹੋ ਚੁੱਕੇ ਨੇ, ਇਕਜੁੱਟ ਹੋਣਗੇ ਪੰਜਾਬੀ ਭਾਸ਼ਾ। ਤੁਹਾਨੂੰ ਲੱਗਦਾ ਕਿ ਜਿਹੜੀ ਲਹਿਰ ਛਿੜੀ ਹੋਈ ਹੈ ਨੌਜਵਾਨਾਂ ਵੱਲੋਂ, ਇਹ ਇੱਕ ਚੰਗੇ ਸੰਕੇਤ ਨੇ? ਬਹੁਤ ਵਧੀਆ, ਮੈਂ ਬਹੁਤ ਖੁਸ਼ ਹਾਂ। ਪਰ ਉਹ ਜਿਹੜੇ ਗੈਰ ਕਾਨੂੰਨੀ ਕੰਮ ਕਰ ਰਹੇ ਨੇ ਉਹ ਤੋਂ ਕਾਬੂ ਹੋ ਸਕਦਾ ਹੈ, ਦੱਸੇ ਜਾ ਸਕਦੇ ਨੇ, ਦੱਸੇ ਜਾ ਸਕਦੇ, ਆਪਾਂ ਦੱਸਾਂਗੇ ਜੀ, ਤਰੀਕਾ ਬਹੁਤ ਹੋ ਸਕਦੇ ਹੈ। ਦੇਖੋ, ਅਸੀਂ ਗੈਰ ਕਾਨੂੰਨੀ ਕੰਮ ਨਹੀਂ ਕਰਨਾ ਹੈ, ਕਾਨੂੰਨੀ ਨੀਤੀ ਨਿਯਮ ਤਹਿਤ ਜੇਕਰ ਕੰਮ ਕਰਨਗੇ, ਕੋਰਟ ਦੇ ਵਿੱਚ ਜਾ ਕੇ ਅਸੀਂ ਬੋਲ ਸਕਦੇ ਹੈ, ਜਿੱਤ ਸਕਦੇ ਹੈ। ਨਾਲੇ ਇਸ ਗੱਲ ਦੇ ਵਿੱਚ ਸਰਕਾਰਾਂ ਨੂੰ ਕੰਨ ਹੋ ਜਾਣੇ ਚਾਹੀਦੇ ਨੇ ਵੀ ਪੰਜਾਬ ਦਾ ਨੌਜਵਾਨ ਏਡਾ ਬੁੱਧੂ ਨਹੀਂ ਹੈ, ਜਦੋਂ ਮਰਜ਼ੀ ਤੁਸੀਂ ਮੂਰਖ ਬਣਾਈ ਜਾਓਗੇ। ਇੱਕ ਗੱਲ ਬੋਰਡ ਦੀ ਆਈ ਹੈ ਤੇ ਪੰਜਾਬ ਦਾ ਨੌਜਵਾਨ ਸੜਕਾਂ ਦੇ ਉੱਪਰ ਆ ਗਿਆ। ਦਰਸ਼ਕੋ, ਮੈਂ ਕਈ ਵਾਰੀ ਸੋਚਦਾ ਹੁੰਦਾ ਵਾਂ, ਇੱਕ ਲਿਖਤ ਪੜ੍ਹੀ ਸੀ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ, ਬੜੀ ਸੁੰਦਰ ਉਹਨਾਂ ਨੇ ਗੱਲ ਲਿਖੀ ਸੀ। ਉਹ ਕਹਿੰਦੇ ਗੁਲਾਮ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਦਿਓ, ਕਹਿੰਦੇ ਅੰਦੋਲਨ ਤੇ ਆਪੇ ਛੇੜ ਲੈਂਦਾ ਹੁੰਦਾ। ਮੈਨੂੰ ਕਈ ਵਾਰੀ ਲੱਗਦਾ ਵੀ ਸਾਨੂੰ ਇਹਨਾਂ ਕੋ ਥੱਲੇ ਲਾਉਂਦੇ ਪਏ ਨੇ ਕਿ ਪੰਜਾਬ ਦਾ ਇਹ ਨੌਜਵਾਨ ਅੰਦੋਲਨ ਦੇ ਰਾਹ ਦੇ ਉੱਪਰ ਚੱਲਣ ਲੱਗ ਪਿਆ। ਦੇਖੋ, ਇੱਕ ਗਲਤੀ ਹੋਈ ਹੈ, ਗਲਤੀ ਮੈਨੂੰ ਆਖਦਿਆਂ ਥੋੜੀ ਜਿਹੀ ਝਿਜਕ ਆਉਂਦੀ ਹੈ। ਮੈਂ ਸੋਚਦਾ ਕਿ ਸਾਜਿਸ਼ ਹੋਈ ਹੈ ਪੰਜਾਬ ਦੇ ਨਾਲ, ਕਿਉਂਕਿ ਤੁਹਾਨੂੰ ਪਤਾ ਜੇ ਪਾਣੀਆਂ ਦੀ ਗੱਲ ਕੀਤੀ ਜਾਵੇ ਤਾਂ ਵੀ ਸਾਜਿਸ਼ ਹੈ, ਜੇ ਪੰਜਾਬੀ ਸਕੂਲਾਂ ਦੀ ਗੱਲ ਕੀਤੀ ਜਾਵੇ ਤਾਂ ਵੀ ਸਾਜਿਸ਼ ਹੈ, ਪੰਜਾਬੀ ਬੋਲਣ ਦੀ ਗੱਲ ਕੀਤੀ ਜਾਵੇ ਤਾਂ ਵੀ ਸਾਜਿਸ਼ ਹੈ, ਕਿਉਂਕਿ ਮੈਨੂੰ ਸਾਜਿਸ਼ ਝਲਕਦੀ ਹੈ। ਮੈਂ ਇਸ ਕਰਕੇ ਮਿਸਟੇਕ ਸ਼ਬਦ ਨਹੀਂ ਕਹਿੰਦਾ, ਮੈਂ ਸਾਜਿਸ਼ ਕਹਿੰਦਾ ਨਾ, ਤੇ ਮੈਨੂੰ ਲੱਗਦਾ ਵੀ ਇਹ ਸਾਜਿਸ਼ਾਂ ਰਚਣ ਵਾਲਿਆਂ ਨੂੰ ਹੁਣ ਆਪਣੇ ਖਾਨੇ ਇੱਕ ਗੱਲ ਪਾ ਲੈਣੀ ਚਾਹੀਦੀ ਹੈ ਕਿ ਪੰਜਾਬ ਦਾ ਨੌਜਵਾਨ ਜਾਗ ਚੁੱਕਾ ਹੈ। ਹੁਣ ਤੁਸੀਂ ਬਹੁਤੀ ਦੇਰ ਇਹਨਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਨਹੀਂ ਪਾ ਸਕਦੇ, ਇਹ ਬੁੱਕਲ ਦੇ ਵਿੱਚ ਲੱਡੂ ਨਹੀਂ ਭਰਦਾ। ਜੋ ਕੀਤਾ ਸ਼ਰੇਆਮ ਕੀਤਾ, ਇਹ ਨਹੀਂ ਵੀ ਅੱਧੀ ਰਾਤ ਵੇਲੇ ਜਾ ਕੇ ਬੋਰਡ ਦੇ ਉੱਪਰ ਮਾਰ ਕੇ ਆ ਗਏ ਚੁੱਪ ਚ ਪੀਤੇ, ਸ਼ਰੇਆਮ ਕੰਮ ਕੀਤਾ। ਜੇ FIR ਹੋਈ ਹੈ ਤੇ ਸ਼ਰੇਆਮ, ਜੇ ਗ੍ਰਿਫਤਾਰੀਆਂ ਵੀ ਦੇਣੀਆਂ ਪਈਆਂ ਤੇ ਪੰਜਾਬ ਦਾ ਨੌਜਵਾਨ ਕਹਿੰਦਾ ਵੀ ਸ਼ਰੇਆਮ ਗ੍ਰਿਫਤਾਰੀਆਂ ਦੇਵਾਂਗੇ, ਅਸੀਂ ਕੋਈ ਚੋਰੀ ਦੇ ਚੱਕਰ ਦੇ ਵਿੱਚ ਜੇਲ੍ਹ ਦੇ ਵਿੱਚ ਨਹੀਂ ਜਾ ਰਹੇ, ਅਸੀਂ ਆਪਣੀ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਦੇ ਕੇ ਜਾ ਰਹੇ ਹਾਂ। ਜਿਹੜਾ ਨੌਜਵਾਨਾਂ ਦੇ ਅੰਦਰ ਇੱਕ ਜਨੂੰਨ ਦੇਖਣ ਨੂੰ ਮਿਲਦਾ ਪਿਆ,
ਤੁਹਾਨੂੰ ਲੱਗਦਾ ਵੀ ਇਹ ਬੜੇ ਚੰਗੇ ਸੰਕੇਤ ਨੇ? ਬਿਲਕੁਲ ਸਰ, ਬਿਲਕੁਲ ਮੈਨੂੰ ਲੱਗਦਾ ਹੈ ਲੋਕ ਨਾ ਸਿਰਫ ਪੰਜਾਬੀ ਭਾਸ਼ਾ ਥੱਲੇ ਲਿਖੇ ਉਸਦੇ ਬਾਰੇ ਸੂਚਿਤ ਹੋਣਗੇ, ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਹੈ ਪੰਜਾਬੀ ਭਾਸ਼ਾ ਵਿੱਚ ਲੱਚਰ ਗਾਣੇ ਬਣਾਉਣ ਵਾਲੇ, ਹਥਿਆਰੇ ਗਾਣੇ ਬਣਾਉਣ ਵਾਲੇ, ਸ਼ਰਾਬੀ ਗਾਣੇ ਬਣਾਉਣ ਵਾਲੇ ਗਾਇਕ ਲੋਕਾਂ ਦੇ ਖਿਲਾਫ਼ ਵੀ ਲੋਕ ਜਾਗ ਜਾਣਗੇ, ਇਕਜੁੱਟ ਹੋਣਗੇ ਕਿ ਇਹ ਖੁਦ ਪੰਜਾਬੀ ਲੋਕ ਬੋਲਣਾ ਸ਼ੁਰੂ ਕਰਨਗੇ, ਸਾਡੀ ਇਤਿਹਾਸ, ਸਾਡੀ ਪਰੰਪਰਾ, ਸਾਡੀ ਵਿਰਾਸਤ ਵੱਖਰੀ ਹੈ, ਤੁਸੀਂ ਇਹੋ ਜਿਹਾ ਗਾਣਾ ਬਣਾ ਕੇ ਸਾਨੂੰ ਨਹੀਂ ਨਚਾ ਸਕਦੇ। ਪੰਜਾਬੀ ਲੋਕਾਂ ਤਾਂ ਇੱਕੋ ਇੱਕ ਪਰਮਾਤਮਾ ਦੇ ਨਾਦ ਵਿੱਚ ਨੱਚਣ ਵਾਲਾ ਪਰੰਪਰਾ ਹੈ, ਇਤਿਹਾਸ ਹੈ, ਪਰ ਡੀਜੇ ਤੇ ਇਹੋ ਜਿਹਾ ਗਾਣਾ ਬਣਾ ਕੇ ਨਚਵਾਉਣਾ ਪੰਜਾਬੀ ਕਲਚਰ ਨਹੀਂ ਹੈ, ਸੱਭਿਆਚਾਰ ਨਹੀਂ ਹੈ। ਇਸਦੇ ਇਹੋ ਜਿਹਾ ਜੇਕਰ ਇੱਕ ਮੁਹਿੰਮ ਮੈਨੂੰ ਲੱਗਦਾ ਹੈ ਹੋ ਜਾਏਗਾ, ਹੋਏਗਾ, ਜੇਕਰ ਹੋਏਗਾ ਸਰ, ਕਿਉਂਕਿ ਕੱਲ ਵੀ ਮੈਂ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਮੈਂ PL ਪਾ ਚੁੱਕਿਆ ਇਸਦੇ ਬਾਰੇ, ਸ਼ਰਾਬੀ ਗਾਣੇ, ਹਥਿਆਰੀ ਗਾਣੇ ਦੇ ਖਿਲਾਫ਼ ਕੱਲ ਵੀ ਸੁਣਵਾਈ ਹੋਈ। ਮੈਂ ਸਾਫ਼ ਸਾਫ਼ ਕਹਿ ਦਿੱਤਾ ਕਿ 8 ਮਹੀਨੇ ਤੋਂ ਬਾਅਦ ਵੀ, 8 ਮਹੀਨੇ ਤੋਂ ਪਹਿਲੇ ਵੀ PL ਪਾਇਆ, ਉਦੋਂ 8 ਮਹੀਨੇ ਤੋਂ ਬਾਅਦ ਵੀ ਕਲਚਰਲ ਡਿਪਾਰਟਮੈਂਟ, ਸੱਭਿਆਚਾਰਕ ਡਿਪਾਰਟਮੈਂਟ ਪੰਜਾਬ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆਇਆ। 8 ਮਹੀਨੇ ਪਹਿਲਾਂ ਤੁਸੀਂ PL ਪਾ ਚੁੱਕੇ ਹੋ ਜੀ, ਕੋਈ ਜਵਾਬ ਨਹੀਂ ਆਇਆ, ਕੋਈ ਜਵਾਬ ਨਹੀਂ। ਇਸ ਲਈ ਦੱਸੋ, ਤੁਸੀਂ ਲਾਈਵ ਸੁਣ ਰਹੇ ਹੋ ਜਿਹੜੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਔਨ ਰਿਕਾਰਡ, ਇਹ ਗੱਲਾਂ ਨੇ, ਅੰਦਾਜ਼ਾ ਲਾਇਆ ਜੇ, ਵੀਰ ਜੀ ਦੱਸ ਰਹੇ ਕਿ 8 ਮਹੀਨੇ ਪਹਿਲਾਂ PIL ਪਿਆ ਪਰ ਅਜੇ ਤੱਕ ਕੋਈ ਜਵਾਬ ਨਹੀਂ ਆਇਆ, ਫਿਰ ਤੁਸੀਂ ਦੁਬਾਰਾ ਕੀ ਕੀਤਾ? ਜੀ, ਕੱਲ ਸੁਣਵਾਈ ਸੀ ਮਾਨਯੋਗ ਹਾਈਕੋਰਟ ਦੇ ਵਿੱਚ, ਮੈਂ ਮਾਨਯੋਗ ਜੱਜ ਜਸਟਿਸ ਮਿੱਤਲ ਸਾਹਿਬ ਨੂੰ ਕਿਹਾ, ਸਰ 8 ਮਹੀਨੇ ਤੋਂ ਪਹਿਲੇ ਮੈਂ PIL ਪਾਇਆ, PIL ਦੇ ਮੁੱਖ ਮਕਸਦ ਇਹ ਸੀ ਕਿ ਹਥਿਆਰੀ ਗਾਣੇ, ਸ਼ਰਾਬੀ ਗਾਣੇ, ਔਰਤ ਨੂੰ ਕਮਜ਼ੋਰ ਦੱਸਣ ਵਾਲੇ ਗਾਣੇ ਪੰਜਾਬੀ ਵਿੱਚ ਬਣਾ ਕੇ ਮਨ ਮਰਜ਼ੀ ਵਜਾ ਰਹੇ ਨੇ, ਉਹਨਾਂ ਤੇ ਨੱਤ ਪਾਉਣ ਲਈ ਮੈਂ ਮੰਗਿਆ ਸੀ, ਪਰ ਹੁਣ ਤੱਕ ਕਲਚਰਲ ਡਿਪਾਰਟਮੈਂਟ ਪੰਜਾਬ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆਇਆ, ਉਹਨਾਂ ਨੂੰ ਪੁੱਛੋ ਜਾਂ ਉਹਨਾਂ ਨੂੰ ਇੱਥੇ ਬੁਲਾਓ। ਜੱਜ ਮਾਨਯੋਗ ਮਿੱਤਲ ਸਾਹਿਬ ਕਮਾਲ ਦਾ ਜੱਜ, ਉਹਨਾਂ ਨੂੰ ਸਿੱਧੀ ਤੌਰ ਤੇ ਨੋਟਿਸ ਕੱਢਿਆ ਹੈ, 18 ਦਸੰਬਰ ਤੱਕ ਜਵਾਬ ਚਾਹੀਦਾ, ਜੇਕਰ ਜਵਾਬ ਨਹੀਂ ਮਿਲੇਗਾ ਤਾਂ ਉਹਨਾਂ ਨੂੰ ਕੋਰਟ ਦੇ ਵਿੱਚ ਖਿੱਚ ਕੇ ਲਿਆਉਣਾ ਹੈ, ਇਹ ਕਿਹਾ ਹੈ। ਹੋਰ ਇੱਕ ਉਹਦੇ ਵਿੱਚ ਸੈਂਟਰਲ ਗੌਰਮੈਂਟ ਦੇ ਵਿੱਚ ਵੀ ਪਾਰਟੀ ਬਣਾਇਆ, ਇਹਦੇ ਵਿੱਚ ਗਾਣੇ ਲਿਖਣ ਵਾਲੇ ਕਿ ਗਾਣੇ ਗਾਉਣ ਵਾਲੇ? ਲਿਖਣ ਵਾਲੇ, ਗਾਉਣ ਵਾਲੇ ਅਤੇ ਰਿਕਾਰਡਿੰਗ ਕਰਨ ਵਾਲੇ ਕੰਪਨੀ, ਉਹਨਾਂ ਨੂੰ ਨੱਤ ਪਾਉਣਾ ਉੱਥੇ, ਰਿਕਾਰਡਿੰਗ ਤਾਂ ਰਿਕਾਰਡ ਕੰਪਨੀ ਵਿੱਚ ਹੁੰਦਾ ਹੈ, ਰਿਕਾਰਡਿੰਗ ਕੰਪਨੀ ਨੂੰ ਮੈਂ ਪਾਰਟੀ ਬਣਾਇਆ, ਉਹਨਾਂ ਨੂੰ ਨੋਟਿਸ ਵੀ ਕੱਢਿਆ ਮੈਂ, ਲੀਗਲ ਨੋਟਿਸ, ਤੁਸੀਂ ਲਹਤਿਆਰੀ ਗਾਣੇ, ਲੱਚਰ ਗਾਣੇ, ਔਰਤ ਨੂੰ ਕਮਜ਼ੋਰ ਦੱਸਣ ਵਾਲੇ ਗਾਣੇ, ਚੰਡੀਗੜ੍ਹ ਵਿੱਚ ਕੁੜੀ ਮੇਰੀ ਚੋਕਲੇਟ ਵਰਗੀ, ਲੱਖ ਕੁੜੀ ਦਾ 20, ਇਹੋ ਜਿਹਾ ਅਪਸ਼ਬਦ ਨੂੰ ਇਸਤੇਮਾਲ ਪੰਜਾਬ ਵਿੱਚ ਨਹੀਂ ਕਰ ਸਕਦੇ। ਮੈਨੂੰ ਲੱਗਦਾ 18 ਦਸੰਬਰ ਪੰਜਾਬ ਸਰਕਾਰ ਵੱਲੋਂ ਵੀ ਜੌਬ ਆਏਗੀ ਤੇ ਕੇਂਦਰ ਸਰਕਾਰ ਨੂੰ ਵੀ ਜੱਜ ਸਾਹਿਬ ਨੇ ਕਿਹਾ ਕਿ ਤੁਸੀਂ ਕੀ ਕਰ ਰਹੇ ਹੋ ਇਸਨੂੰ, ਕਿਉਂ ਅਸਲ ਵਿੱਚ ਸਰ ਸਿਨੇਟੋਗ੍ਰਾਫੀ ਐਕਟ ਬਣਿਆ ਹੈ 1952 ਦੇ ਵਿੱਚ, ਓਕੇ, ਉਸਦੇ ਮੁਤਾਬਿਕ ਕੋਈ ਵੀ ਫਿਲਮ ਬਣਦਾ ਹੈ, ਵੀਡੀਓ ਬਣਦਾ ਹੈ, ਉਸਦੇ ਸਕਰੀਨਿੰਗ ਕਰਕੇ ਉਹ ਪਾਸ ਕਰਦੇ ਨੇ, ਫਿਰ ਵਸਦਾ ਹੈ ਪਬਲਿਕ ਪਲੇਸ ਤੇ, ਪਰ 1952 ਸਿਨੇਟੋਗ੍ਰਾਫੀ ਐਕਟ ਬਣਨ ਤੋਂ ਬਾਅਦ ਵੀ ਪੰਜਾਬ ਦੇ ਵਿੱਚ ਇਹੋ ਜਿਹਾ ਗਾਣਾ ਬਣੇ, ਉਸਦੇ ਵਿੱਚ ਕੋਈ ਸੋਧ ਕਰਨ ਲਈ ਜੱਜ ਸਾਹਿਬ ਨੇ ਕਿਹਾ, ਉਸਦੇ ਵਿੱਚ ਕੋਈ ਅਮੈਂਡ ਕਰੋ, ਕਿਉਂਕਿ 1950 ਦੇ ਵਿੱਚ 52 ਦੇ ਵਿੱਚ ਕੋਈ ਪੰਜਾਬੀ ਗਾਣਾ ਨਹੀਂ ਸੀ, ਉਸ ਵਕਤ ਨੂੰ ਕੋਈ ਲੱਚਰ ਨਹੀਂ ਬਣਨਾ, ਅੱਜ ਕੱਲ ਦੀ ਇਹ ਪਰੰਪਰਾ, ਇਸ ਨੂੰ ਖਤਮ ਕਰਨ ਲਈ ਉਸ 1952 ਸਿਨੇਟੋਗ੍ਰਾਫੀ ਐਕਟ ਦੇ ਵਿੱਚ ਸੋਧ ਕਰਕੇ ਅਮੈਂਡਮੈਂਟ ਕਰਕੇ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਬਹਾਲ ਕਰਾਂਗੇ ਤੇ ਕਾਫੀ ਮਸਲੇ ਆਪਣੇ ਆਪ ਹੱਲ ਹੋ ਜਾਣਗੇ, ਆਪੇ ਹੋ ਜਾਣਾ ਹੈ ਸਰ, ਆਪੇ ਹੋ ਜਾਣਾ ਹੈ। ਦੇਖੋ ਤੁਸੀਂ ਕਮਾਲ ਹੈ, ਉਸ ਪਰਮਾਤਮਾ ਦੀ ਕਿਰਪਾ, ਦੇਖਦੇ ਰਹੋ ਤੁਸੀਂ, ਪੰਜਾਬੀ ਭਾਸ਼ਾ ਤੁਸੀਂ ਗਲਤ ਨਹੀਂ ਗਾ ਸਕਦੇ, ਪੰਜਾਬੀ ਭਾਸ਼ਾ ਨੂੰ ਵਿਗਾੜਨਾ, ਪੰਜਾਬੀ ਭਾਸ਼ਾ ਨੂੰ ਥੱਲੇ ਲਿਖਣਾ ਨਹੀਂ ਹੋਣ ਦੇਣਾ ਹੈ ਜੀ। ਜਿਹੜੀ ਤੁਸੀਂ PL ਪਾਈ ਹੈ, ਜਿਹੜੀ ਤੁਸੀਂ ਇੱਕ ਹੁਣ ਕਹਿ ਰਹੇ ਸੀ ਵੀ ਮੈਂ ਇਸ ਮਾਮਲੇ ਦੇ ਵਿੱਚ ਵੀ ਪਾਵਾਂਗਾ ਜੇ 3 ਮਹੀਨੇ ਤੱਕ ਜਵਾਬ ਨਾ ਆਇਆ, ਜੀ ਜੀ ਬਿਲਕੁਲ ਬਣਦਾ ਹੈ ਗੱਲ, ਇਹ ਤਾਂ ਮੇਰਾ ਮੇਰਾ ਜਿਹੜੇ ਫਰੈਂਡਸ ਨੇ ਨਿਆਂਪਾਲਿਕਾ ਦੇ ਵਿੱਚ ਬਹੁਤ ਸਾਰੇ ਨੇ, ਉਹ ਕਹਿੰਦੇ ਨੇ ਹੁਣੇ ਪਾ ਲਓ, ਮੈਂ ਕਿਹਾ ਨਹੀਂ, ਉਹਨਾਂ ਨੂੰ ਸਮਾਂ ਦਿੱਤਾ ਜਾਵੇ, ਉਹਨਾਂ ਨੂੰ ਸਮਾਂ ਦੇਣ ਦੀ ਲੋੜ ਹੈ, ਕੋਈ ਕੋਈ ਸਜ਼ਾ, ਕੋਈ ਗਲਤੀ ਕਰਦਾ ਹੈ ਉਹਨਾਂ ਨੂੰ ਮਾਫ਼ ਕਰ ਦਿਓ, ਸਜ਼ਾ ਉਹਨਾਂ ਨੂੰ ਸਮਾਂ ਦਿਓ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਸ ਨੂੰ ਬਹੁਤ ਲੋਕਾਂ ਨੇ ਮਾਫ਼ ਕਰ ਦਿੱਤਾ ਹੈ, ਇਹ ਸਾਡੀ ਇਤਿਹਾਸ ਹੈ। ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਦੇ ਇਤਿਹਾਸ ਪੜ੍ਹਾਇਆ, ਉਹਨਾਂ ਦੇ ਰਾਹ 'ਤੇ ਚੱਲਦਾ ਹੈ ਮੈਂ, ਕਿਉਂਕਿ 4 ਬੱਚੇ ਨੂੰ ਸ਼ਹੀਦ ਕਰਨ ਵਾਲੇ ਉਸ ਔਰੰਗਜ਼ੇਬ ਨੂੰ ਵੀ ਮਾਫ਼ ਕਰ ਦਿੰਦੇ ਨੇ, ਉਹ ਜ਼ਫਰਨਾਮਾ ਦੇ ਪੜ੍ਹੋ ਦੀ ਤੁਸੀਂ, ਜ਼ਫਰਨਾਮਾ ਦੇ ਵਿੱਚ ਉਹ ਮਾਫ਼ ਕਰ ਦਿੰਦੇ ਨੇ ਜੀ।
ਉਹਨਾਂ ਦੇ ਨਜ਼ਰ ਵਿੱਚ ਉਹ ਕਹਿੰਦੇ ਨੇ ਕਿ ਜੇ ਪਾਪੀ ਨੂੰ ਤੁਸੀਂ ਮਾਫ ਕਰੋਗੇ ਉਹਨਾਂ ਦੇ ਮਨਾਂ ਵਿੱਚ ਗਲਤੀ ਦੇ ਅਹਿਸਾਸ ਹੋਗੇ ਤੁਸੀਂ ਜ਼ਫਰਨਾਮੇ ਦੇ ਅਰਥ ਵੀ ਕੀਤੇ ਨੇ ਮੇਰੇ ਜੀ ਜੀ ਬਿਲਕੁਲ ਜ਼ਫਰਨਾਮਾ ਨੂੰ ਕਲ ਵਿੱਚ ਅਨੁਵਾਦ ਹੋਇਆ ਮੈਨੂੰ ਇੰਨੀ ਕਿਰਪਾ ਹੋਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮੈਂ 111 ਪੰਕਤੀ ਜ਼ਫਰਨਾਮਾ ਬਿਨਾ ਦੇਖ ਕੇ ਬੋਲ ਸਕਦਾ ਹੈ ਬਿਨਾ ਦੇਖ ਇੰਨੀ ਕਿਰਪਾ ਹੈ ਪਰ ਮੈਂ ਪੰਜ ਪੰਕਤੀ ਮੈਂ ਜ਼ਰੂਰ ਸੁਣਾਉਂਗਾ ਤੁਸੀਂ ਰੋਕ ਵੀ ਨਹੀਂ ਸਕਦੇ ਨਹੀਂ ਸਰ ਅਸੀਂ ਰੋਕਾਂਗੇ ਕਿਰਪਾ ਸਾਡੇ ਦੇਸ਼ ਵਿਦੇਸ਼ ਦੇ ਦਰਸ਼ਕ ਬੜੇ ਜੀ ਜੀ ਦੇ ਵਿੱਚ ਸੁਣਦੇ ਨੇ ਹਰ ਗੱਲ ਨੂੰ ਤੁਸੀਂ ਬੋਲ ਕੇ ਸੁਣਾ ਸਕਦੇ ਜੀ ਬਿਲਕੁਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਲਮ ਦੀ ਤਾਕਤ ਦੇਖੋ ਜੇਕਰ ਕਿਸੇ ਨੂੰ ਹਰਾਉਣਾ ਹੈ ਕਲਮ ਦੇ ਨਾਲ ਕਿਸ ਤਰ੍ਹਾਂ ਢੰਗ ਨਾਲ ਹਰਾ ਸਕਦਾ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਸਿੱਖਣਾ ਚਾਹੀਦਾ ਕਿਉਂਕਿ ਉਸ ਵਕਤ ਕਲਮ ਨਾਲ ਲਿਖ ਕੇ ਜ਼ਫਰਨਾਮਾ ਲਿਖ ਕੇ ਉਸ ਔਰੰਗਜ਼ੇਬ ਨੂੰ ਤਖ਼ਤ ਨੂੰ ਹਿਲਾ ਕੇ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਹਫ਼ਤੇ ਦੇ ਵਿੱਚ ਉਹ ਇੱਕ ਹੱਥ ਪੜ ਕੇ ਤੜਪ ਤੜ ਕੇ ਮਰ ਗਿਆ ਔਰੰਗਜ਼ੇਬ ਨੇ ਕਹਿਣ ਦਾ ਭਾਵ ਹੈ ਔਰੰਗਜ਼ੇਬ ਨੂੰ ਲਿਖਣ ਵਾਲੇ ਉਸ ਔਰੰਗਜ਼ੇਬ ਨੂੰ ਲਿਖਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਦੀ ਤਾਕਤ ਦੇਖੋ ਲਿਖਦੇ ਨੇ ਕਮਾਲੇ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜਿਕ ਰਿਹਾ ਕੂਨ ਰਹੀਮ ਅਮਾ ਬਖਸ਼ ਬਖਸ਼ਿੰਦ ਉਹ ਦਸਤਗੀਰ ਖਤਾ ਬਖਸ਼ ਰੋਜ਼ੀ ਦਿਹੋ ਦਿਲ ਫਜ਼ੀਰ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ ਖੁਦਾਵੰਦ ਬਖਸ਼ਿੰਦ ਏ ਐਸੋ ਅਰਸ ਹਮ ਮਰਦ ਬਾਇਦ ਸ਼ਬਦ ਸ਼ੁਕਨਵਰ ਨਾ ਸਿਖਮੇ ਦਿਗਰ ਦਰ ਦਹਾਨੇ ਦਿਗਰ ਚਿਹਾ ਸੁਧ ਕੇ ਚੁੰਗ ਪੇ ਚੁੰਗ ਪੇਚ ਦੇ ਅਚਾਰ ਪੇਚ ਦੇ ਹੈ ਮਾਰ ਕਮਾਲ ਹੈ ਕਮਾਲ ਹੈ ਜੀ ਬਹੁਤ ਅੱਛਾ ਲੱਗਾ ਤੁਹਾਡੀ ਜ਼ੁਬਾਨ ਤੋਂ ਸੁਣ ਕੇ ਤੁਸੀਂ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਹੋ ਤੁਸੀਂ ਇਹਨੂੰ ਗੁਰੂ ਦੇ ਨਾਲ ਜੋੜ ਕੇ ਦੇਖਦੇ ਹੋ ਬਹੁਤ ਚੰਗਾ ਲੱਗਦਾ ਪਰ ਜਦੋਂ ਅਸੀਂ ਇਹ ਚੀਜ਼ ਕਹਿੰਦੇ ਹਾਂ ਤੇ ਦਰਸ਼ਕੋ ਇੱਥੇ ਬੜੀ ਤੁਹਾਡੇ ਵੀ ਸੁਣਨ ਵਾਲੀ ਹੈ ਸਾਡੇ ਘਰਾਂ ਦੇ ਬਾਹਰ ਬੜਾ ਗੌਰ ਕਰਕੇ ਸੁਣਿਆ ਜੀ ਸਾਡੇ ਘਰਾਂ ਦੇ ਬਾਹਰ ਜਿਹੜਾ ਕੋਠੀ ਨੰਬਰ ਲਿਖਿਆ ਹੋਇਆ ਹੈ ਜਿਹੜਾ ਨਾਮ ਪਲੇਟ ਲਿਖੀ ਹੋਈ ਹੈ ਉਹ ਨੇਮ ਪਲੇਟ ਜਿਹੜੀ ਹੈ ਨਾ ਬੜਾ ਯਾਦ ਰੱਖਿਆ ਜੀ ਉਹ ਬਹੁਤਾਤ ਘਰਾਂ ਦੇ ਵਿੱਚ ਇੰਗਲਿਸ਼ ਦੇ ਵਿੱਚ ਲਿਖੀ ਮਿਲੇਗੀ ਜਦੋਂ ਅਸੀਂ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਹਾਂ ਮਿਸਟੇਕ ਕਿਤੇ ਨਾ ਕਿਤੇ ਸਾਡੀ ਵੀ ਹੁੰਦੀ ਹੈ ਤੇ ਫਿਰ ਉਦੋਂ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠਦੇ ਵੀ ਕਿਤੇ ਨਾ ਕਿਤੇ ਅਸੀਂ ਘਰਾਂ ਦੇ ਵਿੱਚ ਆਪ ਵੀ ਰੌਂਗ ਹੋਏ ਹਾਂ ਜੀ ਬਿਲਕੁਲ ਮੈਂ ਤਾਂ ਬਹੁਤ ਹੈਰਾਨ ਹੋ ਜਾਂਦਾ ਕਿ ਪੰਜਾਬ ਦੇ ਵਿੱਚ ਪੰਜਾਬੀ ਲੋਕ ਪੰਜਾਬ ਵਿੱਚ ਲਿਖਣ ਦੇ ਵਿੱਚ ਮਾਣ ਮਹਿਸੂਸ ਨਹੀਂ ਕਰਦੇ ਜੇਕਰ ਕਰਨਾਟਕ ਵਿੱਚ ਜਾਓਗੇ ਅਸੀਂ ਮਾਣ ਮਹਿਸੂਸ ਕਰਦੇ ਮੇਰੀ ਮਾਂ ਬੋਲੀ ਵਿੱਚ ਲਿਖਣ ਦੇ ਵਿੱਚ ਅਸੀਂ ਮਾਣ ਮਹਿਸੂਸ ਕਰਦੇ ਘਰ ਦੇ ਨਾਂ ਰੱਖਿਆ ਹੋਇਆ ਮੰਗਲ ਗ੍ਰਹਿ ਇਹੋ ਜਿਹਾ ਨਾਂ ਲਿਖਦੇ ਅਸੀਂ ਕੰਨੜ ਮੰਗਲ ਗ੍ਰਹਿ ਕੰਨੜਾ ਵਿੱਚ ਲਿਖਿਆ ਗਿਆ ਘਰ ਦਾ ਮਾਲਿਕ ਦਾ ਨਾਂ ਕੰਨੜਾ ਵਿੱਚ ਲਿਖਿਆ ਗਿਆ ਬੱਚੇ ਦਾ ਨਾਂ ਕੰਨੜਾ ਵਿੱਚ ਲਿਖਿਆ ਪੰਜਾਬ ਦੇ ਵਿੱਚ ਮੈਨੂੰ ਕਿੱਥੇ ਵੀ ਨਹੀਂ ਲੱਭਦਾ ਹੈ ਕਿਤੇ ਵੀ ਪੰਜਾਬੀ ਵਿੱਚ ਬਹੁਤ ਘੱਟ ਲਿਖਦੇ ਨੇ ਬਹੁਤ ਘੱਟ ਲੋਕ ਲਿਖਦੇ ਨੇ ਮੈਂ ਉਹਨਾਂ ਨੂੰ ਸਤਿਕਾਰ ਸਨਮਾਨ ਕਰਦਾ ਹੈ ਪੰਜਾਬ ਦੇ ਰੋਟੀ ਰੋਜ਼ ਖਾਣ ਵਾਲੇ ਲੋਕਾਂ ਦੇ ਮਨਾਂ ਵਿੱਚ ਪੰਜਾਬੀ ਲਿਖਣ ਦੇ ਵਿੱਚ ਜੋ ਪਿਆਰ ਸਤਿਕਾਰ ਜਗਾਉਣ ਦੀ ਲੋੜ ਹੈ ਮੈਨੂੰ ਲੱਗਦਾ ਹੈ ਉਹ ਲੋਕਾਂ ਦੇ ਮਨਾਂ ਵਿੱਚ ਪਿਆਰ ਪੈਦਾ ਹੋਏਗੀ ਉਹਨਾਂ ਨੂੰ ਇੰਨੀ ਬੇਇੱਜ਼ਤੀ ਵੀ ਨਾ ਕੀਤਾ ਜਾਵੇ ਜੀ ਹਾਂ ਵੀ ਉਹ ਬਿਲਕੁਲ ਦੂਰ ਹੋ ਜਾਵੇ ਜੀ ਜੀ ਉਹਨਾਂ ਨੂੰ ਜੋੜਨ ਦੀ ਲੋੜ ਹੈ ਸਾਨੂੰ ਦੇਖੋ ਜੋੜਨ ਦੀ ਗੱਲ ਹੈ ਪੰਜਾਬੀ ਭਾਸ਼ਾ ਨਾਲ ਉਹਨਾਂ ਨੂੰ ਖਿੱਚ ਕੇ ਲਿਆਉਣ ਦੀ ਲੋੜ ਹੈ ਇੱਕ ਚੀਜ਼ ਹੋਰ ਦੱਸੋ ਜੀ ਵੀ ਜਿਵੇਂ ਭਾਵੇਂ ਉਹ ਪ੍ਰਚਾਰਕ ਹੈ ਜੀ ਭਾਵੇਂ ਉਹ ਪ੍ਰੋਫੈਸਰ ਹੈ ਸਾਡੇ ਪੰਜਾਬ ਦੇ ਉਹ ਠੀਕ ਹੈ ਕਿ ਆਪਣੇ ਲੈਕਚਰ ਦੇ ਵਿੱਚ ਜਾਂ ਕਥਾ ਦੇ ਵਿੱਚ ਗੱਲ ਕਹਿੰਦੇ ਕਿ ਪੰਜਾਬੀ ਮਾਂ ਬੋਲੀ ਪਰ ਇਹਨੂੰ ਗਰਾਊਂਡ ਲੈਵਲ ਦੇ ਉੱਪਰ ਲੈ ਕੇ ਜਾਣਾ ਇੱਥੇ ਕੋਈ ਉਦਮ ਨਹੀਂ ਕਰਦਾ ਤੁਸੀਂ ਉਦਮ ਕਰਦੇ ਹੋ ਜਦੋਂ ਤੁਸੀਂ ਕਿਸੇ ਪਾਰਕ ਦੇ ਵਿੱਚ ਦੇਖਦੇ ਹੋ ਕਿ ਬੱਚੇ ਵੀ ਆਏ ਹੋਏ ਨੇ ਇਹਨਾਂ ਦੇ ਮਾਪੇ ਵੀ ਆਏ ਹੋਏ ਨੇ ਬਜ਼ੁਰਗ ਵੀ ਆਏ ਹੋਏ ਨੇ ਲੜਕੇ ਲੜਕੀਆਂ ਆਏ ਹੋਏ ਨੇ ਤੁਸੀਂ ਸਾਈਕਲ ਲੈ ਕੇ ਉਹਨਾਂ ਦੇ ਕੋਲ ਜਾ ਕੇ ਰੁਕ ਜਾਂਦੇ ਹੋ ਜਿੱਦ ਤੱਕ ਮੈਂ ਦੇਖਿਆ ਪਰ ਉਹਨਾਂ ਦੇ ਕੋਲ ਚੌਂਕੜਾ ਮਾਰ ਕੇ ਸਤਿ ਸ੍ਰੀ ਅਕਾਲ ਕਰਕੇ ਤੁਸੀਂ ਕਿ ਪੁੱਛਦੇ ਹੋ ਪੰਜਾਬੀ ਬਾਰੇ ਵੀ ਊੜਾ ਐਡਾ ਹੁੰਦਾ ਆ ਉਹ ਕਿਤੇ ਐਸਾ ਤਾਂ ਨਹੀਂ ਹੁਣ ਜਦੋਂ ਤੁਸੀਂ ਕਿਸੇ ਪਾਰਕ ਦੇ ਵਿੱਚ ਆਉਂਦੇ ਹੋ ਤਾਂ ਪਹਿਲੇ ਦੇਖ ਕੇ ਕਹਿੰਦੇ ਵੀ ਪ੍ਰੋਫੈਸਰ ਰਾਓ ਸਾਹਿਬ ਆ ਗਏ ਹੁਣ ਇੱਧਰ ਹੋ ਜਾਓ ਨਹੀਂ ਬਿਲਕੁਲ ਦੇਖ ਕੇ ਬੱਚੇ ਭਜਦੇ ਤਾਂ ਨਹੀਂ ਨਹੀਂ ਬਿਲਕੁਲ ਉਹ ਆ ਜਾਂਦੇ ਨੇ ਮੇਰੇ ਤਰਫ ਜੀ ਕਿਉਂਕਿ ਮੇਰੇ ਤਰਫ ਨਹੀਂ ਪੰਜਾਬੀ ਅੱਖਰ ਤਰਫ ਜੀ ਕਮਾਲ ਹੈ ਇਹਦੇ ਵਿੱਚ ਤਾਕਤ ਹੈ ਊੜਾ ਐੜਾ ਈੜੀ ਸੱਸਾ ਹਾ ਕੱਲ ਵੀ ਮੈਂ ਰਾਕ ਗਾਰਡਨ ਚੰਡੀਗੜ੍ਹ ਦੇ ਵਿੱਚ ਮੈਂ ਸਾਈਕਲ 'ਤੇ ਜਾ ਕੇ ਪੜਾਇਆ ਉੱਥੇ ਬਹੁਤ ਸਾਰੇ ਬਾਹਰ ਤੋਂ ਦੇਖਣ ਲਈ ਰਾਕ ਗਾਰਡਨ ਦੇਖਣ ਲਈ ਪਹੁੰਚ ਜਾਂਦੇ ਨੇ ਪਰ ਮੈਂ ਉਸਦੇ ਸਾਹਮਣੇ ਖੜਾ ਹੋ ਕੇ ਊੜਾ ਐੜਾ ਦਿਖਾਉਂਦਾ ਉਹਨਾਂ ਨੂੰ ਕਹਿੰਦਾ ਇਹ ਦੇਖੋ ਪਹਿਲੇ ਰਾਕ ਗਾਰਡਨ ਤਾਂ ਪੱਥਰ ਹੈ ਪੱਥਰ ਬੋਲਦਾ ਨਹੀਂ ਇਹ ਬੋਲਦਾ ਹੈ ਊੜਾ ਐੜਾ ਦੇਖੋ ਸਜੇ ਫਿਰ ਉਹਨਾਂ ਨੂੰ ਸਿਖਾਇਆ ਮੈਂ 10 ਮਿੰਟ ਦੇ ਵਿੱਚ ਬੱਚੇ ਸਿੱਖੇ ਉਸ ਤੋਂ ਬਾਅਦ ਸਭ ਤੋਂ ਵਧੀਆ ਉਹਨਾਂ ਨੂੰ ਕਿਉਂ ਕਿਹੜੇ ਮੈਂ ਪੁੱਛਿਆ ਕਿ ਕਿਹੜੇ ਅੱਖਰ ਤੁਹਾਨੂੰ ਵਧੀਆ ਲੱਗਿਆ ਸਾਰੇ ਕੁੜੀ ਮੁੰਡੇ ਸਾਰੇ ਸੀ ਉਸ ਉਹ ਪੁੱਛਦੇ ਨੇ ਸੱਸਾ ਪੈਰ ਬਿੰਦੀ ਸਾ ਬੋਲੇ ਖੱਕਾ ਪੈਰ ਬਿੰਦੀ ਖਾ ਬੋਲੇ ਗੱਗਾ ਪੈਰ ਬਿੰਦੀ ਜਾ ਬੋਲੇ ਜੱਜਾ ਪੈਰ ਬਿੰਦੀ ਜਾ ਬੋਲੇ ਫਫਾ ਪੈਰ ਬਿੰਦੀ ਫਾ ਬੋਲੇ ਲੱਲਾ ਪੈਰ ਬਿੰਦੀ ਫੋਲ ਇੰਨੀ ਸੋਹਣੀ ਢੰਗ ਨਾਲ ਉਹ ਕਿਹਾ ਕਿ ਇਸ ਤੋਂ ਵੱਧ ਅਸੀਂ ਕੋਈ ਸੁਣਿਆ ਨਹੀਂ ਇੰਨੀ ਮਿਠਾਸ ਭਰੀ ਭਾਸ਼ਾ ਉਹ ਬਹੁਤ ਪ੍ਰਭਾਵਿਤ ਹੋ ਕੇ ਗਏ ਕਹਿਣ ਦਾ ਭਾਵ ਹੈ ਇਹ ਭਾਸ਼ਾ ਨੂੰ ਦੇਖ ਕੇ ਇਸ ਅੱਖਰ ਨੂੰ ਦੇਖ ਕੇ ਮੇਰੇ ਤਰਫ ਲੋਕ ਆ ਜਾਂਦੇ ਨੇ ਇਸ ਦੇ ਵਿੱਚ ਪਿਆਰ ਹੈ ਮੁਹੱਬਤ ਹੈ
ਦੁਨੀਆਂ ਦੇ ਹਰ ਭਾਸ਼ਾ ਦੇ ਅੱਖਰ ਵਿੱਚ ਇੰਨੀ ਤਾਕਤ ਹੈ, ਸਿਰਫ ਪੰਜਾਬੀ ਨਹੀਂ, ਹਰ ਭਾਸ਼ਾ ਦੇ ਅੱਖਰ ਵਿੱਚ ਤਾਕਤ ਹੈ, ਅੱਖਰ ਨੂੰ ਸੰਭਾਲ ਕੇ ਰੱਖਣ ਦੀ ਲੋੜ ਹੈ ਸਾਨੂੰ। ਪਰ ਕੀ ਕਾਰਨ ਕੀ ਮਹਿਸੂਸ ਕਰਦੇ ਹੋ ਤੁਸੀਂ? ਦੋ ਤਿੰਨ ਵਾਰੀ ਇਹ ਗੱਲ ਕਹੀ ਕਿ ਪੰਜਾਬੀ ਆਪਣੀ ਮਾਂ ਬੋਲੀ ਨੂੰ ਪਿਆਰ ਨਹੀਂ ਕਰਦੇ ਜੀ, ਇਹਦਾ ਕੀ ਕਾਰਨ ਕੀ ਮਹਿਸੂਸ ਕਰਦੇ ਹੋ? ਜੇ ਕੰਨੜ ਦੇ ਲੋਕ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਨੇ, ਪੰਜਾਬੀ ਮਾਂ ਬੋਲੀ ਨੂੰ ਲਿਖਣਾ ਮਾਣ ਮਹਿਸੂਸ ਕਰਦੇ ਨੇ ਕਿ ਮੇਰੀ ਮਾਂ ਬੋਲੀ ਹੈ, ਇਹ ਮੇਰੇ ਗੁਰੂਆਂ ਪੀਰਾਂ ਦੀ ਬੋਲੀ ਹੈ, ਤੇ ਪੰਜਾਬ ਦੇ ਲੋਕ ਕਿਉਂ ਨਹੀਂ ਕਰਦੇ? ਇਹਦਾ ਜਵਾਬ ਕੀ ਹੈ? ਜੀ ਜੀ, ਇਹ ਮੈਂ ਬਹੁਤ ਹੀ ਨਿਮਰਤਾ ਨਾਲ, ਬਹੁਤ ਹੀ ਸਤਿਕਾਰ ਨਾਲ ਪੰਜਾਬੀ ਲੋਕਾਂ ਦੇ ਬਾਰੇ ਮੈਂ ਦੱਸਣਾ ਚਾਹਾਂਗਾ, ਕਿਉਂਕਿ ਮੈਂ ਕਿੱਥੇ ਵੀ ਪੰਜਾਬੀ ਲੋਕਾਂ ਦਾ ਅਪਮਾਨ ਜਾਂ ਇਹ ਨਹੀਂ ਕਰ ਸਕਦਾ, ਕਿਉਂਕਿ ਮੈਂ ਬਹੁਤ ਸਤਿਕਾਰ ਕਰਦਾ ਹਰੇਕ ਪੰਜਾਬੀ ਦੀ। ਪਰ ਪੰਜਾਬੀ ਮਨਾਂ ਦੇ ਵਿੱਚ, ਪੰਜਾਬੀ ਲੋਕਾਂ ਦੇ ਮਨਾਂ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਸਤਿਕਾਰ ਘੱਟ ਇਸ ਲਈ ਹੋ ਸਕਦਾ ਹੈ ਕਿਉਂਕਿ ਇੱਥੇ ਨਾ ਪੰਜਾਬੀ ਵਿੱਚ ਲਿਖਿਆ ਗਿਆ ਕਵਿਤਾ ਕਹਾਣੀ ਕਰ ਕਰ ਤੱਕ ਨਹੀਂ ਪਹੁੰਚਾਇਆ ਗਿਆ, ਹਰ ਘਰ ਤੇ ਹਰ ਮੋੜੇ ਤੇ ਹਰ ਕੋਨੇ ਤੇ ਪੰਜਾਬੀ ਗਾਣਾ ਨਹੀਂ ਵੱਜਦਾ ਏ ਕਿ ਮੇਰੀ ਮਾਂ ਬੋਲੀ ਪੰਜਾਬੀ। ਦਰਸ਼ਕੋ ਤੁਸੀਂ ਵੀ ਜਰਾ ਗੌਰ ਕਰਿਆ ਜੇ, ਉਹ ਭਾਵੇਂ ਬਾਲੀਵੁੱਡ ਹੋਵੇ ਤੇ ਭਾਵੇਂ ਹਾਲੀਵੁੱਡ ਹੋਵੇ, ਚਲੋ ਹਾਲੀਵੁੱਡ ਦੀ ਛੱਡ ਜਾਓ, ਬਾਲੀਵੁੱਡ ਦੀ ਆਪਾਂ ਗੱਲ ਕਰ ਲਈਏ, ਠੀਕ ਹੈ ਜੀ? ਜਿੰਨੀ ਦੇਰ ਤੱਕ ਕੋਈ ਸੌਂਗ ਪੰਜਾਬੀ ਦੇ ਵਿੱਚ ਨਾ ਹੋਵੇ ਜਾਂ ਉਹਦੇ ਵਿੱਚ ਕੋਈ ਐਸਾ ਡਾਇਲੋਗ ਪੰਜਾਬੀ ਦੇ ਵਿੱਚ ਨਾ ਹੋਵੇ ਤੇ ਉਹਨੂੰ ਆਮ ਕਰਕੇ ਅਧੂਰਾ ਜਿਹਾ ਮੰਨਿਆ ਜਾਂਦਾ ਹੈ। ਕਿਤੇ ਨਾ ਕਿਤੇ ਤੁਹਾਨੂੰ ਦੇਖੀ ਜਾਏਗੀ ਪੁਰਾਣੀਆਂ ਫਿਲਮਾਂ ਦੇ ਅੰਦਰ ਵੀ ਪੰਜਾਬੀ ਦਿਸਦੀ ਹੈ, ਪੰਜਾਬੀ ਦੀ ਝਲਕ ਪੈਂਦੀ ਹੈ, ਫਿਰ ਵੀ ਪੰਜਾਬੀ ਦੇ ਪ੍ਰਤੀ ਇਹਨਾਂ ਦੇ ਅੰਦਰ ਐਸਾ ਖਿਆਲਤ ਕਿਉਂ ਆ ਗਿਆ? ਨਹੀਂ, ਪੰਜਾਬੀ ਭਾਸ਼ਾ ਦੀ ਵਰਤੋਂ ਹੈ, ਉਹ ਪ੍ਰਫੁੱਲਤ ਨਹੀਂ ਹੈ ਜੀ, ਵਰਤੋਂ ਕਰ ਰਹੇ ਨੇ ਉਹ ਆਪਣੇ ਫਾਇਦੇ ਲਈ, ਪੰਜਾਬੀ ਆਪਣੇ ਫਾਇਦੇ ਲਈ ਕਰ ਰਹੇ ਨੇ, ਕਿਤੇ ਨਾ ਕਿਤੇ ਤੇ ਚੰਗਾ ਲੱਗਾ ਤਾਂ ਹੀ ਕੀਤੀ ਗਈ ਨਾ, ਨੈਗੇਟਿਵ ਰੂਪ ਦੇ ਵਿੱਚ ਕਰਦੇ ਆ ਫਿਰ ਤੇ ਅਸੀਂ ਵਿਰੋਧੀ ਹਾਂ। ਬਿਲਕੁਲ, ਮੈਨੂੰ ਐਸਾ ਲੱਗਦਾ ਹੈ ਕਿਉਂਕਿ ਆਪਾਂ ਦੋਨੋਂ ਭਰਾ ਬੈਠੇ ਹਾਂ, ਆਪਾਂ ਇਹਦਾ ਨਿਚੋੜ ਕੱਢਣ ਦਾ ਖੱਲ ਕੱਢਣਾ ਜੀ ਜੀ, ਕਿਉਂਕਿ ਤੁਸੀਂ ਪ੍ਰੋਫੈਸਰ ਹੋ, ਤੁਹਾਡੇ ਆਪਣੇ ਨਿੱਜੀ ਤਜਰਬੇ ਨੇ, ਮੈਂ ਇੱਕ ਰਿਲੀਜੀਅਸ ਪ੍ਰੀਚਰ ਹਾਂ, ਮੇਰੇ ਆਪਣੇ ਤਜਰਬੇ ਨੇ, ਮੈਨੂੰ ਐਸਾ ਲੱਗਦਾ ਪਿਆ ਕਿ ਜਦੋਂ ਪੰਜਾਬੀ ਬੋਲੀ ਦੇ ਅੰਦਰ ਲੱਚਰਤਾ ਆ ਗਈ, ਬਿਲਕੁਲ ਠੀਕ ਹੈ ਜੀ, ਬਿਲਕੁਲ ਵਹੀ ਪੰਜਾਬੀ ਰੋਲ ਜਿਹੜਾ ਆ ਕੁਝ ਕੁ ਨਾਟਕ ਦੇ ਅੰਦਰ, ਕੁਝ ਸੀਰੀਅਲ ਦੇ ਅੰਦਰ ਨੈਗੇਟਿਵ ਪੇਸ਼ ਕਰ ਦਿੱਤਾ ਗਿਆ, ਠੀਕ ਕਹਿਣ ਵਾਲੇ ਸੀ, ਹਾਂ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਨੈਗੇਟਿਵ ਆਪਣਾ ਪ੍ਰਭਾਵ ਪਾ ਗਈਆਂ, ਬਿਲਕੁਲ, ਤੇ ਜਿਹੜਾ ਅਜੋਕਾ ਬੱਚਾ ਹੈ ਉਹ ਥੋੜੀ ਜਿਹੀ ਕਿਤੇ ਨਾ ਕਿਤੇ ਘਿਰਣ ਜਿਹੀ ਮਹਿਸੂਸ ਲੱਗਦਾ, ਮੈਨੂੰ ਐਸਾ ਲੱਗਦਾ ਪਿਆ। ਬਿਲਕੁਲ ਸਹਿਮਤ ਹੈ ਜੀ, ਇਸ ਤੋਂ ਵੱਧ ਕੁਛ ਹੋ ਹੀ ਨਹੀਂ ਸਕਦਾ ਕਿ ਜੋਬ, ਬਿਲਕੁਲ ਸਹੀ, ਇਹੀ ਕਰਨ ਵਾਲਾ ਸੀ ਮੈਂ ਜੀ, ਲੱਚਰਤਾ ਹਰ ਥਾਂ ਤੇ, ਬੱਚੇ ਕੋਈ ਗਾਣਾ ਸੁਣਦੇ ਲੱਚਰ ਗਾਣਾ ਸੁਣ ਰਹੇ, ਸ਼ਰਾਬੀ ਗਾਣੇ, ਹਥਿਆਰੀ ਗਾਣੇ ਸੁਣਦੇ, ਪੰਜਾਬੀ ਭਾਸ਼ਾ ਦੀ ਕੋਈ ਗਾਣਾ ਕਿੱਥੇ ਵੱਜਦਾ ਹੈ ਦੱਸੋ? ਕਰਨਾਟਕ ਦੇ ਵਿੱਚ ਹਰੇਕ ਕਵੀ ਪੰਜਾਬੀ ਮਿਊਜ਼ਿਕ ਦਾ ਨਾਸ਼ ਮਾਰ ਕੇ ਰੱਖ ਦਿੱਤਾ, ਨਾਸ਼ ਮਾਰ ਕੇ ਰੱਖਿਆ ਗਿਆ, ਕਰਨਾਟਕ ਦੇ ਵਿੱਚ ਕੰਨੜ ਬੋਲੀ ਬਾਰੇ ਲਿਖਿਆ ਗਿਆ, ਜਿਵੇਂ ਮੈਂ ਕੰਨੜ ਵਿੱਚ ਤੁਹਾਨੂੰ ਦੱਸਾਂ, ਇੱਕ ਮਿੰਟ, ਕੰਨੜ ਵੇ ਨਮ ਮੰਮਾ ਕੰਨੜ ਕੇ ਕਈ ਮੁਗੀ ਅੰਮਾ, ਮਤਲਬ ਕੰਨੜ ਹੀ ਮੇਰਾ ਮਾਂ ਹੈ, ਕੰਨੜ ਨੂੰ ਹੀ ਮੈਂ ਪੂਜਾ ਕਰਾਂਗਾ, ਹੋਰ ਕੋਈ ਨਹੀਂ ਹੈ ਮੇਰੇ ਲਈ। ਅੱਛਾ, ਇਹ ਗਾਣਾ ਬੋਲਦੇ ਹੈ? ਬੋਲਦੇ ਹੈ, ਹਰ ਕਰਕਲ ਦੇ ਵਿੱਚ ਉਹ ਕੰਨੜ ਦੇ ਗਾਣਾ ਉਹ ਗਾਉਂਦੇ, ਸੁਣਾਓ, ਕੰਨੜ ਵੇ ਨਮ ਮੰਮਾ ਕੰਨੜ ਕੇ ਨਾ ਕਈ ਮੁਗੀ ਅੰਮਾ, ਕੰਨੜ ਹੀ ਮੇਰੀ ਮਾਂ ਹੈ, ਕੰਨੜ ਕੇ ਹੀ ਪੂਜਾ ਕਰਾਂਗਾ ਮੈਂ, ਹੋਰ ਲਈ ਕੁਛ ਨਹੀਂ। ਦਰਸ਼ਕੋ ਬੜਾ ਧਿਆਨ ਨਾਲ ਸੁਣਿਆ ਜੀ, ਵੀਰ ਜੀ ਕਹਿੰਦੇ ਕਿ ਕਰਨਾਟਕਾ ਦੇ ਅੰਦਰ ਇਸ ਕਿਸਮ ਦੇ ਸੌਂਗ ਨੇ, ਇਹ ਗਾਣੇ ਨੇ ਕਿ ਕੰਨੜ ਹੀ ਮੇਰੀ ਮਾਂ ਹੈ ਤੇ ਕੰਨੜ ਦੀ ਹੀ ਮੈਂ ਪੂਜਾ ਕਰਾਂਗਾ, ਅੰਦਾਜ਼ਾ ਲਾਇਆ ਜੇ, ਤੇ ਸਾਡੇ ਪੰਜਾਬੀ ਦਾ ਜੱਖਣਾ ਵੱਢ ਕੇ ਰੱਖੀ ਪਈ ਹੈ, ਤੇ ਜੇ ਕਹਿ ਦਿੱਤਾ ਜਾਵੇ ਤਾਂ ਕਹਿ ਦਿੱਤਾ ਜਾਂਦਾ ਜੀ ਪੰਜਾਬੀ ਸੱਭਿਆਚਾਰ, ਜੇ ਕੋਈ ਸਾਡਾ ਸੱਭਿਆਚਾਰ ਇਹੋ ਜਿਹਾ ਨਹੀਂ ਸੀ, ਸਾਡੇ ਸੱਭਿਆਚਾਰ ਦੇ ਅੰਦਰ ਚੰਗੀਆਂ ਖੁਰਾਕਾਂ ਸਨ, ਸਾਡੇ ਸੱਭਿਆਚਾਰ ਦੇ ਅੰਦਰ ਅੱਛਾ ਮਿਊਜ਼ਿਕ ਸੀ, ਸਾਡੇ ਸੱਭਿਆਚਾਰ ਦੇ ਅੰਦਰ ਬਹਾਦਰੀਆਂ ਸਨ, ਆਹ ਸਾਡਾ ਸੱਭਿਆਚਾਰ ਨਹੀਂ ਸੀ? ਜਿਸ ਤਰੀਕੇ ਦਾ ਸੱਭਿਆਚਾਰ ਹੁਣ ਸਾਨੂੰ ਪਰੋਸ ਕੇ ਦਿੱਤਾ ਜਾ ਰਿਹਾ, ਬੋਤਲਾਂ ਦੇ ਡੱਟ ਖੁੱਲ ਗਏ, ਇਹ ਸਾਡਾ ਸੱਭਿਆਚਾਰ ਦਾ ਹਿੱਸਾ ਨਹੀਂ ਹੈ, ਸਾਨੂੰ ਵਿਚਾਰ ਕਰਨੀ ਪੈਣੀ ਹੈ ਇਸ ਮੁੱਦੇ ਦੇ ਉੱਪਰ। ਤੇ ਤੁਸੀਂ ਜੇ ਸੱਭਿਆਚਾਰ ਦੀ ਗੱਲ ਕਰਦੇ ਪਏ ਹੋ, ਜਿਹੜੀ PIL ਪਾਈ ਹੈ, ਜੇ ਇਹਦਾ ਅੱਗੇ ਕੋਈ ਕਾਨੂੰਨ ਬਣ ਜਾਂਦਾ ਹੈ ਤੇ ਤੁਹਾਨੂੰ ਕੀ ਲੱਗਦਾ ਵੀ ਇਹਦਾ ਰਿਜ਼ਲਟ ਕੀ ਹੋਏਗਾ? ਬਹੁਤ ਹੀ ਸਤਿਕਾਰ ਸਨਮਾਨ ਨਾਲ ਮੈਂ ਕਹਾਂਗਾ, ਇਹ ਮਾਨਯੋਗ ਹਾਈਕੋਰਟ ਨੇ ਇਹ ਨੋਟਿਸ ਕਰ ਦਿੱਤਾ ਹੈ, ਮੈਨੂੰ ਲੱਗਦਾ ਹੈ ਬਹੁਤ ਛੇਤੀ ਇੱਕ ਇਹੋ ਜਿਹਾ ਨੋਟ ਇਹੋ ਜਿਹਾ ਬੋਰਡ ਬਣੇਗੀ ਜਾਂ ਨੀਤੀ ਬਣੇਗੀ, ਇਹੋ ਜਿਹਾ ਗਾਇਕ ਤੇ ਨੱਤ ਜ਼ਰੂਰ ਹੋਏਗੀ, ਅਤੇ ਵਧੀਆ ਇੱਕ ਆਲਟਰਨੇਟਿਵ ਕਲਚਰ, ਆਲਟਰਨੇਟਿਵ ਗਾਣੇ ਪੈਦਾ ਹੋਣਗੇ ਜੀ ਆਪੇ ਹੀ, ਕਿਉਂਕਿ ਇਹੋ ਜਿਹਾ ਗਾਣਾ ਬੰਦ ਹੋ, ਸੱਭਿਆਚਾਰ ਨੂੰ ਬੜਾਵਾ ਦੇਣ ਵਾਲੇ, ਅੱਛਾ ਮੈਸੇਜ ਦੇਣ ਵਾਲੇ, ਮੈਸੇਜ ਵੀ ਦਿੱਤਾ ਜਾ ਸਕਦਾ ਹੈ, ਕੋਈ ਲਿਖ ਕੇ ਆਪਣੀ ਗੱਲ ਕਰਦਾ, ਕੋਈ ਬੋਲ ਕੇ ਆਪਣੀ ਗੱਲ ਕਰਦਾ, ਕੋਈ ਗਾ ਕੇ ਆਪਣੀ ਗੱਲ ਕਰਦਾ, ਜੇ ਗਾ ਕੇ ਸਾਡਾ ਅੱਛਾ ਮੈਸੇਜ ਚਲਾ ਜਾਏਗਾ ਤੇ ਮੇਰੇ ਖਿਆਲ ਦੇ ਵਿੱਚ ਬਹੁਤ ਵਧੀਆ ਹੋਏਗਾ, ਬਹੁਤ ਵਧੀਆ ਹੋਏਗਾ। ਪੰਜਾਬ ਸਰਕਾਰ ਵੀ ਕੰਮ ਕਰ ਰਿਹਾ, ਕਲਚਰ ਮਿਨਿਸਟਰ ਨਵਜੋਤ ਸਿੰਘ ਨੇ ਇੱਕ ਪਾਲਿਸੀ ਵੀ ਬਣਾਇਆ ਹੋਇਆ ਲੱਗਦਾ ਹੈ, ਸੁਰਜੀਤ ਪਾਤਰ ਵੀ ਉਸਦਾ ਹਿੱਸਾ ਨੇ, ਮੈਨੂੰ ਲੱਗਦਾ ਹੈ ਸੁਧਾਰ ਹੋਏਗੀ।
ਪ੍ਰੋਫੈਸਰ ਜੀ ਤੁਹਾਡਾ ਦਿਲ ਦੀਆਂ ਗਹਿਰੀਆਂ ਤੋਂ ਧੰਨਵਾਦ ਤੁਸੀਂ ਸਾਡੇ ਪਹਿਲਾਂ ਸਟੂਡੀਓ ਦੇ ਵਿੱਚ ਆ ਕੇ ਆਪਣੇ ਦਿਲ ਦੀਆਂ ਗੱਲਾਂ ਸਾਡੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦੇ ਨਾਲ ਕੀਤੀਆਂ ਦਰਸ਼ਕੋ ਜਿਵੇਂ ਪਹਿਲਾਂ ਤੁਹਾਨੂੰ ਦੱਸ ਚੁੱਕਾ ਮੈਂ ਪੰਜਾਬ ਪੰਜਾਬੀ ਪੰਜਾਬੀਅਤ ਦੀ ਗੱਲ ਕਰਦਾ ਵਾਂ ਜਦੋਂ ਪੰਜਾਬ ਪੰਜਾਬੀ ਪੰਜਾਬੀਅਤ ਦੀ ਗੱਲ ਕਰਦਾ ਵਾਂ ਤਾਂ ਬੜੇ ਐਸੇ ਮੁੱਦੇ ਨੇ ਜਿਹੜੇ ਵਿਚਾਰੇ ਜਾਂਦੇ ਨੇ ਸੋ ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ